ਸਦੋਂ ਸਰਦਾਰ ਜਸਵੰਤ ਸਿੰਘ ਹਾਲੜਾ ਨੇ 95 ਦੇ ਵਿੱਚ ਇਹ ਗੱਲ ਪ੍ਰੈਸ ਦੇ ਵਿੱਚ ਲੈਂਦੀ, ਦੁਨੀਆ ਦੇ ਸਾਹਮਣੇ ਇੰਟਰਨੈਸ਼ਨਲ ਲੈਵਲ ਤੇ ਗੱਲ ਲੈਂਦੀ ਵੀ ਜਿਹੜੇ ਲੋਕ ਡਿਸਅਪੀਅਰ ਹੋਏ ਆ ਮੇਰੇ ਕੋਲ ਉਹਨਾਂ ਦੇ ਸਬੂਤ ਹੈ। ਸਰਦਾਰ ਜਸਵੰਤ ਸਿੰਘ ਹਾਲੜਾ ਨੇ, ਮੈਂ ਇਹ ਗੱਲ ਦੱਸਣਾ ਬਹੁਤ ਜ਼ਰੂਰੀ ਸਮਝਦੀ ਹਾਂ ਕਿ ਸਰਦਾਰ ਜਸਵੰਤ ਸਿੰਘ ਹਾਲੜਾ ਕੋਆਪਰੇਟਿਵ ਬੈਂਕ ਦੇ ਵਿੱਚ ਐਜ਼ ਏ ਡਾਇਰੈਕਟਰ ਕੰਮ ਕਰ ਰਹੇ ਸੀ 1991 'ਚ। ਉਹਨਾਂ ਦੇ ਨਾਲ ਇੱਕ ਡਾਇਰੈਕਟਰ ਸੀ ਸਰਦਾਰ ਪਿਆਰਾ ਸਿੰਘ, ਉਹ ਵੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਅਤੇ ਉਹਨਾਂ ਦਾ ਸੰਸਕਾਰ ਜਿਹੜਾ ਦਰਗਿਆਨਾ ਮੰਦਰ ਅੰਮ੍ਰਿਤਸਰ ਦੇ ਵਿੱਚ ਕਰ ਦਿੱਤਾ ਗਿਆ, ਜਿੱਥੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਜਿਹੜੀਆਂ ਲਾਪਤਾ ਹੋਈਆਂ ਲਾਸ਼ਾਂ ਜਾਂ ਇਹਨਾਂ ਦੇ ਸਿਰਨਾਵੇਂ ਲੱਭੇ ਉਹਦਾ ਕਾਰਨ ਸਰਦਾਰ ਪਿਆਰਾ ਸਿੰਘ ਹੀ ਬਣੇ। ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਤੱਕ ਪਹੁੰਚ ਕੀਤੀ ਕਿ ਆਪਾਂ ਉਹਨਾਂ ਨੂੰ ਲੱਭੀਏ, ਕਿਉਂਕਿ ਉਹ ਇੱਕ ਕਹਿੰਦੀ ਕਹਾਉਂਦੀ ਫੈਮਿਲੀ ਸੀ ਅਤੇ ਉਹਨਾਂ ਨੂੰ ਇਹ ਪਤਾ ਸੀ ਕਿ ਯੂਪੀ ਤੋਂ ਲਿਆ ਕੇ ਉਹਨਾਂ ਨੂੰ ਇੱਥੇ ਅੰਮ੍ਰਿਤਸਰ ਦੇ ਨੇੜੇ ਉਹਨਾਂ ਦਾ ਕਿਸੇ ਬਾਗ ਵਿੱਚ ਮੁਕਾਬਲਾ ਬਣਾ ਕੇ ਅਤੇ ਉਹਨਾਂ ਦੀ ਜਿਹੜੀ ਲਾਸ਼ ਸੀਗੀ ਉਹਨੂੰ ਅਨਕਲੇਮਡ ਕਹਿ ਕੇ ਇੱਥੇ ਦਰਗਿਆਨਾ ਮੰਦਰ ਦੀ ਸੰਸਕਾਰ ਹੋ ਚੁੱਕਾ ਸੀ। ਸੋ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਪਰਿਵਾਰ ਦੇ ਨਾਲ ਉੱਥੇ ਗਏ, ਸ਼ਮਸ਼ਾਨ ਘਾਟ ਦੇ ਵਿੱਚ ਗਏ, ਤਾਂ ਉੱਥੇ ਜਾ ਕੇ ਜਦੋਂ ਇਹਨਾਂ ਨੇ ਪੁੱਛਿਆ ਵੀ ਕੀ ਕੱਲ੍ਹ ਕੋਈ ਪਿਆਰਾ ਸਿੰਘ ਨਾਮ ਦਾ ਬੰਦਾ ਇੱਥੇ ਉਹਦਾ ਦਸ ਸੰਸਕਾਰ ਹੋਇਆ, ਤਾਂ ਉਹਨਾਂ ਜਿਹੜੇ ਮੁਲਾਜ਼ਮ ਉੱਥੇ ਕੰਮ ਕਰਦੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇੱਥੇ ਤਾਂ ਜੀ ਰੋਜ਼ ਸਿੱਖਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਅਤੇ ਸਾਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੱਲ੍ਹ ਪਿਆਰਾ ਸਿੰਘ ਦਾ ਕੋਈ ਡੈੱਡ ਬੋਡੀ ਇੱਥੇ ਆਈ। ਤਾਂ ਸਰਦਾਰ ਜਸਵੰਤ ਸਿੰਘ ਨੂੰ ਉਹਨਾਂ ਨੇ ਇੱਕ ਗੱਲ ਹੋਰ ਕਹੀ, ਜਿਹੜੇ ਮੁਲਾਜ਼ਮ ਉੱਥੇ ਸੰਸਕਾਰ ਕਰਦੇ ਸੀ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਰਿਕਾਰਡ ਬਣਾਉਂਦੇ ਹਾਂ ਇੱਥੇ ਅਤੇ ਤੁਸੀਂ ਉਸ ਰਿਕਾਰਡ ਦੇ ਵਿੱਚੋਂ ਦੇਖ ਸਕਦੇ ਹੋ, ਤੁਸੀਂ ਰਿਕਾਰਡ ਦੇ ਵਿੱਚੋਂ ਵੇਖ ਸਕਦੇ ਹੋ ਕਿ ਪਿਆਰਾ ਸਿੰਘ ਦੀ ਲਾਸ਼ ਇੱਥੇ ਆਈ। ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਨੇ ਇੱਕ ਰਜਿਸਟਰ ਦਿੱਤਾ ਜਿਹਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਕੀ ਲੱਭਿਆ, ਉਹਦੇ ਵਿੱਚ ਸਿਰਫ ਪਿਆਰਾ ਸਿੰਘ ਦੀ ਲਾਸ਼ ਹੀ ਨਹੀਂ ਲੱਭੀ, ਸਗੋਂ ਹਜ਼ਾਰਾਂ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਲੱਭੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਭ ਕੁਝ ਮੈਨਸ਼ਨ ਕੀਤਾ ਸੀ। ਇਹ ਵੀ ਲਿਖਿਆ ਸੀ ਕਿ ਕਿਸ ਆਦਮੀ ਦੀ ਲਾਸ਼ ਹੈ, ਉਹਦੇ ਫਾਦਰ ਦਾ ਨਾਮ ਕੀ ਹੈ ਔਰ ਉਹਦਾ ਪਿੰਡ ਕਿਹੜਾ ਹੈ। ਈਵਨ ਇਹ ਵੀ ਲਿਖਿਆ ਸੀ ਕਿ ਇਸ ਲਾਸ਼ ਨੂੰ ਕਿਹੜਾ ਪੁਲਿਸ ਅਫਸਰ ਇੱਥੇ ਲੈ ਕੇ ਆਇਆ, ਔਰ ਇਹ ਵੀ ਉੱਥੇ ਮੈਨਸ਼ਨ ਸੀ ਕਿ ਇਸ ਲਾਸ਼ ਦੇ ਉੱਤੇ ਕਿੰਨੇ ਰੁਪਈਆਂ ਦੀ ਲੱਕੜ ਪਈ। ਇਹ ਜਿਹੜਾ ਇੱਕ ਕਲੂ ਸੀਗਾ ਪੁਲਿਸ ਨੇ ਜਿਹੜਾ ਆਪਣਾ ਰਿਕਾਰਡ ਆਪੇ ਮੇਨਟੇਨ ਕਰ ਲਿਆ, ਪਰ ਜਿਹੜਾ ਅਖੀਰਲਾ ਕਾਲਮ ਸੀ ਉਹਦੇ ਵਿੱਚ ਲਿਖ ਦਿੱਤਾ ਕਿ ਜਿਹੜੀ ਲਾਸ਼ ਹੈ ਉਹ ਲਾਬਾਰਸ ਹੈ। ਸਰਦਾਰ ਜਸਵੰਤ ਸਿੰਘ ਹਾਲੜਾ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕੀ ਹਾਂ ਕਿ ਬੜਾ ਕੌਨਸ਼ੀਅਸ ਕਹਿ ਸਕਦੇ ਹਾਂ, ਬੜਾ ਦਿਮਾਗੀ ਤੌਰ 'ਤੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਆਈ ਵੀ ਜਦੋਂ ਸਾਰਾ ਕੁਛ ਇੱਥੇ ਲਿਖਿਆ ਹੈ ਤਾਂ ਫਿਰ ਇਹ ਜਿਹੜੀ ਬੋਡੀ ਆ ਉਹ ਲਾਬਾਰਸ ਨਹੀਂ ਹੋ ਸਕਦੀ। ਅਤੇ ਉਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ, ਉਹਨਾਂ ਨੇ ਬੜੇ ਤਰੀਕੇ ਦੇ ਨਾਲ ਉਸ ਰਿਕਾਰਡ ਨੂੰ, ਸ਼ਮਸ਼ਾਨ ਘੰਟਾਂ ਦੇ ਰਿਕਾਰਡ ਨੂੰ ਕੱਢਿਆ, ਉਹਨੂੰ ਰਿਕਾਰਡ ਕਰਾਇਆ। ਦੂਜੇ ਦਿਨ ਉੱਥੇ ਜਾ ਕੇ ਉਹਨਾਂ ਮੁਲਾਜ਼ਮਾਂ ਦੇ ਨਾਲ ਸਾਂਝ ਭਿਆਲੀ ਬਣਾ ਕੇ ਔਰ ਉਹਨਾਂ ਦੀ ਵੀਡੀਓ ਬਣਾਈ ਔਰ ਉਹ ਜਿੰਨਾ ਰਿਕਾਰਡ ਸੀ ਉਹ ਸਾਰਾ ਫੋਟੋ ਸਟੈਟ ਕੀਤਾ ਗਿਆ। ਨਾਟ ਈਵਨ ਅੰਮ੍ਰਿਤਸਰ, ਈਵਨ ਪੱਟੀ ਅਤੇ ਤਰਨ ਤਾਰਨ ਤਿੰਨਾਂ ਸ਼ਮਸ਼ਾਨ ਘਾਟਾਂ ਦੇ ਰਿਕਾਰਡ ਦੇ ਵਿੱਚ 2097 ਜਿਹੜੀਆਂ ਡੈੱਡ ਬੋਡੀਜ਼ ਸੀਗੀਆਂ ਉਹਦਾ ਰਿਕਾਰਡ ਜਿਹੜਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਬਾਹਰ ਕੱਢ ਲਿਆਂਦਾ। ਬਾਹਰ ਕੱਢ ਕੇ ਉਹਨਾਂ ਨੇ ਬੜੇ ਸੁਲਝੇ ਤਰੀਕੇ ਦੇ ਨਾਲ ਕਿਸੇ ਨਾ ਕੋਈ ਵਾਧੂ ਗੱਲ ਨਹੀਂ ਕੀਤੀ, ਪ੍ਰੈਸ ਦੇ ਰਾਹੀਂ ਲੋਕਾਂ ਨੂੰ ਜਾਣੂ ਕਰਾਇਆ ਕਿ ਜਿਹੜੀਆਂ ਲੋਕ ਆਪਣੇ ਬੱਚਿਆਂ ਨੂੰ ਲੱਭਦੇ ਫਿਰਦੇ ਆ, ਜਿਹੜੀਆਂ ਮਾਵਾਂ ਆਪਣੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ, ਉਹਨਾਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਸਰਕਾਰ ਨੇ ਲਾਵਾਰਸ ਕਹਿ ਕੇ ਸੰਸਕਾਰ ਕਰ ਦਿੱਤਾ। ਸਿੱਧਾ ਮੈਂ ਕਹਿ ਸਕੂੰਗੀ ਜੀ, ਸਿੱਧਾ ਚੈਲੇਂਜ ਹੋਇਆ ਕਿ ਵੀ ਇਸ ਗੱਲ ਨਾਲ ਪੰਜਾਬ ਸਟੇਟ ਨਾਲ, ਅਤੇ ਈਵਨ ਸਾਡੇ ਕੋਲ ਅੱਜ ਵੀ ਰਿਕਾਰਡ ਦੇ ਵਿੱਚ ਹੈ ਕਿ ਪੀ ਐਸ ਗਿੱਲ ਨੇ ਅੰਮ੍ਰਿਤਸਰ ਵਿੱਚ ਆ ਕੇ ਇੱਕ ਪ੍ਰੈਸ ਕੀਤੀ ਵੀ ਇਹ ਜਿਹੜੇ ਕਾਰਾਂ ਵਾਲੇ ਆ ਇਹ ਝੂਠ ਬੋਲਦੇ ਆ, ਜਿਹੜੇ ਬੰਦੇ ਡਿਸਪੀਅਰ ਹੈ, ਜਿਹੜੇ ਬੰਦੇ ਮਿਲ ਨਹੀਂ ਰਹੇ ਪਰਿਵਾਰਾਂ ਨੂੰ, ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ, ਉਹ ਕਿਤੇ ਵੀ ਡਿਸਪੀਅਰ, ਅਸੀਂ ਉਹਨਾਂ ਦਾ ਕੋਈ ਵੀ ਉਹਨਾਂ ਨੂੰ ਪੰਜਾਬ ਪੁਲਿਸ ਉਹਦੇ ਲਈ ਦੋਸ਼ੀ ਨਹੀਂ ਹੈ। ਪਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸਿੱਧੇ ਚੈਲੇਂਜ ਕੀਤੇ
ਸਰਕਾਰ ਨੂੰ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਵੀਰਾਂ ਨੂੰ ਜੋ ਵਿਊਜ਼ ਦੇਖ ਰਹੇ ਹਨ ਸਾਰੇ ਵਰਲਡ ਦੇ ਵਿੱਚ ਕਿ ਜੋ ਖਾਲੜਾ ਸਾਹਿਬ ਸਨ ਆਪ ਦੇਖੋ ਇੱਕ ਪੜ੍ਹੇ ਲਿਖੇ ਨੌਜਵਾਨ ਨਾਲੇ ਕੋ ਆਪਰੇਟਿਵ ਬੈਂਕ ਦੇ ਡਾਇਰੈਕਟਰ ਸੀ ਅਤੇ ਜਿਹੜੀ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਆਈ ਕਿ ਉਹਨਾਂ ਦੇ ਦੋਸਤ ਜੋ ਕਿ ਪਿਆਰਾ ਸਿੰਘ ਤੁਸੀਂ ਕਹਿ ਰਹੇ ਹੋ ਜਾਂ ਕੁਲੀਗ ਵਨ ਆਫ ਦਾ ਡਾਇਰੈਕਟਰ ਐਕਚੁਲੀ ਕਿ ਉਹ ਕਿਡਨੈਪ ਹੋਏ ਅਤੇ ਉੱਥੋਂ ਉਹ ਤਾਂ ਉਹਨਾਂ ਦੀ ਪੜਤਾਲ ਕਰ ਰਹੇ ਸੀ ਅਤੇ ਉਹ ਸਤਸੰਗ ਜੀ ਆਪ ਜੀ ਨੂੰ ਦੱਸ ਦਿੱਤਾ ਜਾਏ ਕਿ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਕਿ ਹਜ਼ਾਰਾਂ ਬੰਦਿਆਂ ਦਾ ਰੈਕਡ ਜੋ ਮਿਲਿਆ ਹਾਂਜੀ ਅਤੇ ਉਸ ਟਾਈਮ ਕੋਈ ਹਲੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਕਿਸੇ ਮੂਵਮੈਂਟ ਨਾਲ ਜਾਂ ਆਪ ਜੀ ਨੇ ਕਲੀਅਰ ਕਰ ਦਿੱਤਾ ਕਿ ਕਿਸੇ ਜਥੇਬੰਦੀ ਨਾਲ ਅਤੇ ਜਾਂ ਉਹ ਰਾਈਟ ਜਿਹੜਾ ਮੂਵਮੈਂਟ ਜੋ ਲਹਿਰ ਨਾ ਮੈਂ ਕਹਿ ਸਕਦੀ ਹਾਂ ਬਾਕੀ ਤਾਂ ਜਿਹੜੀਆਂ ਹਿਊਮਨ ਰਾਈਟਸ ਦੀਆਂ ਸੀਗੀਆਂ ਹਿਊਮਨ ਰਾਈਟਸ ਅਜੀਤ ਸਿੰਘ ਜਿਹੜੇ ਰਿਟਾਇਰਡ ਜੱਜ ਹੈ ਉਹਨਾਂ ਦੇ ਨਾਲ ਉਹ ਕੰਮ ਕਰਦੇ ਸੀਗੇ ਠੀਕ ਹੈ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਪਰ ਉਹ ਹਿਊਮਨ ਰਾਈਟਸ ਮੂਵਮੈਂਟ ਦੇ ਨਾਲ ਜੁੜੇ ਹੋਏ ਸੀ ਪਰ ਯਾਨੀ ਕਿ ਹੋਰ ਕਿਸੇ ਮੂਵਮੈਂਟ ਦੇ ਨਾਲ ਨਹੀਂ ਤੁਸੀਂ ਸਿੱਧਾ ਮੈਂ ਸ਼ਬਦਾਂ 'ਚ ਕਹੂੰਗੀ ਕਿ ਉਹ ਖੜਕੂ ਲਹਿਰ ਦੇ ਵਿੱਚ ਇਨਵੋਲਵ ਨਹੀਂ ਸੀ ਠੀਕ ਹੈ ਕਿਉਂਕਿ ਇਹ ਸੰਗਤਾਂ ਕਈ ਵਾਰੀ ਉਹ ਜਿਹੜੇ ਸਾਡੀ ਸਰਕਾਰਾਂ ਭੁਲੇਖੇ ਪਾ ਦਿੰਦੀਆਂ ਕਿ ਇਹ ਟੈਰਰਿਸਟ ਸੀ ਅਤੇ ਫਲਾਨਾ ਸੀ ਹਾਂ ਅਤੇ ਤਾਂ ਮੈਂ ਇਸ ਸੰਗਤਾਂ ਨੂੰ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੁੰਦਾ ਸੀ ਅਤੇ ਉਸ ਟਾਈਮ ਜਦੋਂ ਉਹਨਾਂ ਨੇ ਪਿਆਰਾ ਸਿੰਘ ਬਾਰੇ ਫਾਇੰਡ ਆਊਟ ਕਰਨਾ ਚਾਹਿਆ ਅਤੇ ਨਾ ਕਿ ਪਿਆਰਾ ਸਿੰਘ ਸਿਰਫ ਪਿਆਰਾ ਸਿੰਘ ਦਾ ਹੀ ਪਤਾ ਲੱਗਿਆ ਹਜ਼ਾਰਾਂ ਹੋਰ ਜਿਹੜੀ ਕਿ ਲਵਾਰਸ ਲਾਸ਼ਾਂ ਜਿਹੜੀਆਂ ਸ਼ਮਸ਼ਾਨ ਘਾਟ ਤੋਂ ਪਤਾ ਲੱਗਿਆ ਫਿਰ ਉਹਨਾਂ ਦੇ ਦਿਮਾਗ 'ਚ ਆਇਆ ਕਿ ਅਸੀਂ ਇਹਨੂੰ ਅਗਾਂਹ ਲੋਕਾਂ ਨੂੰ ਜੋ ਦੱਸਿਆ ਅਤੇ ਉਸ ਤੋਂ ਬਾਅਦ ਜੋ ਹੋਇਆ ਅਤੇ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਪੁੱਛਿਆ ਸੀ ਨਾਲ ਹੀ ਕਿ ਉਸ ਟਾਈਮ ਜੋ ਡੀ ਜੀ ਪੀ ਅਤੇ ਸੀ ਐਮ ਕੌਣ ਸੀ ਇਹ ਵੀ ਸੰਗਤਾਂ ਨੂੰ ਪਲੀਜ਼ ਜਾਣਨਾ ਪਾਓ ਉਸ ਵੇਲੇ ਇੱਕ ਜੰਗਲ ਦਾ ਰਾਜ ਸੀਗਾ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਮੂਵਮੈਂਟ ਨੂੰ ਦਬਾਉਣਾ ਸੀਗਾ ਤਾਂ ਉਸ ਵੇਲੇ ਬੇਅੰਤ ਸਿੰਘ ਦੀ ਸਰਕਾਰ ਸੀ ਜਿਹੜੀ ਕਿ 12% ਵੋਟਾਂ ਲੈ ਕੇ ਸੀ ਐਮ ਬਣਿਆ ਸੀਗਾ ਔਰ ਉਹਨਾਂ ਦਾ ਇੱਕੋ ਹੀ ਮਨਸ਼ਾ ਸੀਗਾ ਕੇ ਪੀ ਐਸ ਗਿੱਲ ਦਾ ਅਤੇ ਉਹਨਾਂ ਨੇ ਇੱਕ ਕ੍ਰਾਈਟੀਰੀਆ ਬਣਾਇਆ ਸੀ ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨ ਮੁੰਡੇ ਆ ਜਿਹੜੇ ਵੀ ਸਿੱਖੀ ਦੇ ਨਾਲ ਕੋਈ ਤਾਲਕ ਰੱਖਦੇ ਆ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਤੁਸੀਂ ਮੰਨ ਨਹੀਂ ਸਕਦੇ 25,000 ਜਿਹੜਾ ਬੰਦਾ ਹੈ ਉਹ ਡਿਸਅਪੀਅਰ ਕਰਤਾ ਇੱਕ ਪਰਿਵਾਰ ਦੇ 3-3 ਬੱਚੇ ਜਿਹੜੇ ਆ ਉਹਨਾਂ ਨੇ ਜਿਹੜੇ ਸ਼ਹੀਦ ਕਰਤੇ ਮੈਂ ਕਹਿ ਸਕਦੀ ਹਾਂ ਅਤੇ ਇਹ ਵੀ ਕਹਿ ਸਕਦੀ ਹਾਂ ਵੀ ਜਿਹੜੇ ਖਾੜਕੂ ਲਹਿਰ ਦੇ ਵਿੱਚ ਬੱਚੇ ਆਏ ਈਵਨ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਛੋਟੇ ਛੋਟੇ ਬੱਚੇ 13-13 ਸਾਲ ਤੋਂ ਲੈ ਕੇ ਅਤੇ 80-80 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਜਿਹੜੀ ਸਾਡੀ ਪੁਲਿਸ ਆ ਪੰਜਾਬ ਦੀ ਉਹਨਾਂ ਨੇ ਡਿਸਪੀਅਰ ਕੀਤੀ ਆ ਸੀ ਐਮ ਉਸ ਵੇਲੇ ਬੇਅੰਤ ਸਿੰਘ ਸੀਗਾ ਅਤੇ ਕੇ ਪੀ ਐਸ ਗਿੱਲ ਉਸ ਵੇਲੇ ਡੀ ਜੀ ਪੀ ਪੰਜਾਬ ਸੀ ਜੇ ਮੈਂ ਇਹ ਗੱਲ ਸਿਰਫ ਪੰਜਾਬ ਦੇ ਵਿੱਚ ਹੀ ਕਰਦਾ ਹੈ ਤੇ ਨਾ ਮੇਰੀ ਗੱਲ ਦੀ ਕੋਈ ਗੱਲ ਸੁਣਵਾਈ ਹੋਣੀ ਆ ਤੇ ਨਾ ਮੇਰਾ ਹੀ ਕੁਛ ਬਣਨਾ ਤੇ ਉਹਨਾਂ ਨੇ ਬੜੀ ਸਿਆਣਫ ਦੇ ਨਾਲ ਉਹਨਾਂ ਨੇ ਕੈਨੇਡਾ ਵਾਲਿਆਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ ਨੇ ਉਹ ਸਿੱਧੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਜਿੰਨੇ ਬੰਦੇ ਡਿਸਅਪੀਅਰ ਹੋਏ ਆ ਉਹਦਾ ਰਿਕਾਰਡ ਆ ਹੈ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਉਹਨਾਂ ਦੀਆਂ ਲਾਸ਼ਾਂ ਨੂੰ ਲੱਭਿਆ ਜਾ ਸਕਦਾ ਤਾਂ ਇਹ ਗੱਲ ਜਿਹੜੀ ਪੰਜਾਬ ਲੈਵਲ ਦੀ ਨਾ ਹੋ ਕੇ ਨੈਸ਼ਨਲ ਲੈਵਲ ਦੀ ਨਾ ਹੋ ਕੇ ਇੰਟਰਨੈਸ਼ਨਲ ਲੈਵਲ ਦੀ ਹੋ ਗਈ ਪਾਰਲੀਮੈਂਟ ਕੈਨੇਡਾ ਦੇ ਵਿੱਚ ਉਹਨਾਂ ਨੇ ਜਿਹੜਾ ਰਿਕਾਰਡ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਰਿਕਾਰਡ ਜਮ੍ਹਾਂ ਕਰਾਤਾ ਔਰ ਇਹਦੇ ਨਾਲ ਜਿਹੜੀ ਗੱਲ ਕੋਈ ਲੁਕੀ ਛੁਪੀ ਨਹੀਂ ਰਹਿ ਗਈ ਤੇ ਜਿਹੜਾ ਸੀ ਐਮ ਸੀ ਜਾਂ ਡੀ ਜੀ ਪੀ ਸੀਗਾ ਉਹਦੇ ਵੱਸੋਂ ਬਾਹਰ ਹੋ ਗਈ ਇਹ ਗੱਲ ਵੀ ਇਹ ਬੰਦਾ ਤੇ ਬੜੀ ਪਹੁੰਚ ਵਾਲਾ ਹੈ ਇਹ ਬੰਦੇ ਨੇ ਤਾਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਹ ਸਾਡੀ ਜਿਹੜੀ ਦੇਤੀ ਰਿਪੋਰਟ ਤਾਂ ਇਹਨਾਂ ਨੂੰ ਇੱਕ ਤਰ੍ਹਾਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਬਹੁਤ ਵੱਡੀ ਖੁੰਦਕ ਜਿਵੇਂ ਲੱਗੀ ਕਿ ਇਹ ਬੰਦਾ ਕੌਣ ਹੈ ਜੋ ਸਟੇਟ ਨੂੰ ਚੈਲੰਜ ਕਰਦਾ ਹੈ ਇਹ ਬੰਦਾ ਕੌਣ ਹੈ ਜੋ ਇਹਨਾਂ ਲਾਵਾਰਸ ਲਾਸ਼ਾਂ ਦਾ ਵਾਰਸ ਬਣਨ ਨੂੰ ਫਿਰਦਾ ਇਹ ਬੰਦਾ ਕੌਣ ਹੈ ਔਰ ਚੈਲੰਜ ਹੋਏ ਇਹਦੇ ਵਿੱਚ ਸਰਦਾਰ ਜਸਵੰਤ ਸਿੰਘ ਨੂੰ ਉਹਨਾਂ ਨੇ ਡਰਾਇਆ ਧਮਕਾਇਆ ਵੀ ਸਮਝੌਤੇ ਲਈ ਵੀ ਗੱਲਾਂ ਕੀਤੀਆਂ ਕਿ ਤੂੰ ਸਾਡੀ ਗੱਲ ਸੁਣ ਅਤੇ ਅਸੀਂ ਤੇਰੇ ਮੁਤਾਬਕ ਵੀ ਹੋ ਸਕਦਾ ਪਰ ਮੇਰਾ ਖਿਆਲ ਹੈ ਵੀ ਤੁਹਾਡੇ ਕੋਲ ਪ੍ਰੈਸ ਨੋਟ ਸਰਦਾਰ ਜਸਵੰਤ ਸਿੰਘ ਖਾਲੜਾ ਨੇ 20 ਜਨਵਰੀ 1995 ਨੂੰ
एक प्रेस नोट दिता मैं तुहानू ओ भी हुण दे दूंगी मेरे कोले अवेलेबल है ओ एक वैल उन्होंने एक वैल लिखती बई मेरे नाल ए कुछ हो सकता है पंजाब दे विच इन्ने लोग इस तरह डिसपीयर होए है ते मैं ये सारी जिम्मेवारी लैना भी मेरे को रिकॉर्ड हैगा पर मैनू पता है भी जे मैं ये गल नहीं करता तो यह अन्याय होगा उन्होंने परिवारों के नाल जिन्हों के बच्चे डिसपीयर हुए है उन्होंने ये भी उस वैल च लिखा कि मैं ये काम एज ए प्रोफेसनल नहीं करता मैं ये कौम की सेवा लिए करदा उन्होंने ये भी कहा भी मैं ये मैं तरजीह दूंगा परमात्मा को चरणों में जाने मैं कद मैं किसी को होर किसी अफसर को किसी सरकार कोई भीख नहीं मंगूंगा मैं गौ मैं परमात्मा के चरणों में जाने तरजीह दूंगा जे मैं ये कुरबानी करनी पऊ तो मैं करूँगा मतलब 6 महीने पहला उन्होंने अपनी जी आप वसीयत कहने जैल कहने वो लिख दी थी और वो प्रेस दे विच आ गई सी वो प्रेस दे विच भी आ गई सी ते सरदार जसवंत सिंह दा हुण असीं शुरू करदे हां सरदार जसवंत सिंह खालड़ा ने जो काम किया मेरा ख्याल है वो सारे नूं समझ लग गया हुण ते हुण असीं शुरू करदे हां कि सरदार जसवंत सिंह खालड़ा नूं चुक्कण तों बाद हां यही मैं पूछना चाहुंदा सी दो पोर्शन जानी साडी स्टोरी दे आ एक सरदार जसवंत सिंह खालड़ा ने जो किया एक सरदार जसवंत सिंह खालड़ा तो बाद जो होया जो अज तक साडियां की एफर्ट है की असी प्राप्ति की थी इस देश दे विच मैं कह सकती हाँ कि सरदार जसवंत सिंह खालड़ा ने 6 सितंबर 1995 में चक्या असी सिर्फ 2 दिन उड़ीक के असी सुप्रीम कोर्ट में अप्रोच किया 9 सितंबर 1995 में एक डौड़ा साहब ने टैलीग्राम किया एक मैं उत्थे सुप्रीम कोर्ट दे विच पटीशन पाई दोनों नूं रला के उत्थे पटीशन लग गई और 9 नूं साडी पटीशन जिहड़ी उह कंटिन्यू हो गई सुप्रीम कोर्ट दे विच इहदे विच बड़े वड्डे वड्डे कमेंट्स जिहड़े आ उह कोर्ट वल्लों आए 8 दिन उन्होंने दित्ते भी सरदार जसवंत सिंह खालड़ा नूं उत्थे अपीयर किया जाए लिया जाए कोर्ट दे विच पर जिहड़ा एडवोकेट जनरल सी गवर्नमेंट नूं पता सी भी की असीं कर दित्ता है जां की असीं सोचदे हां एडवोकेट जनरल सरीन सी उस वेले उन्हें सुप्रीम कोर्ट के हाथ खड़े करते जाके भी जिस मर्जी एजेंसी ने तुसी ये केस दे दो सानू नहीं बंदा लभदा एक हफ्ते बाद तो फिर केस जिहड़ा वह दूजे पासे नूं तुर पिया फिर 3-4 महीनों बाद ये जिहड़ी इनक्वायरी है वह साडी रजामंदी दे नाल ही CBI नूं मार्क हुई CBI ने इस केस की इनवैसटीगेशन की इस इनवैसटीगेशन करद्या तुहानू इस केस दियां मैं 3-4 टिप्पणियां बाद च करूंगी भी केस असल च किवें नजिठिया गया तो CBI ने इस केस नू इनवैसटीगेट किया CBI ने कुछ बंदे जिहड़े सानू भी इत्थे पता सी क्योंकि चिट्टे दिन सरदार जसवंत सिंह खालड़ा नू 9:10-15 ते ऐसे कार दे विच्चों गेट तो लैके गए चिट्टा दिन सी और लोग आम इधर उधर आ जा रहे सी गड्डिया के नंबर नोट हुए लोग ने उन्होंने पछाणिया हाँ जी मैं उस वेले गुरु नानक देव यूनिवर्सिटी के लाइब्रेरी जॉब करती सी ते ये उन्होंने 5-4 दिन तो वाच कर रहे थे कि घर के कौन है किन्ने बजे कोई आता है तो किन्ने बजे कोई जाता है तो मैनू उन्होंने GT रोड क्रॉस करा के उस तो बाद मैं रस्ते में सारिया जड़िया गड्डिया जरा सारी साड़ी कलोनी घेरा पिया मैं अपन अखा नेखिया तो बच्चे पहला स्कूल जा चुके से इस वे एक बंदा इतने घर के जिन्हें जिन्हों मतलब कि असं कह सकते हैं वह परमात्मा की मर्जी कि सरदार जसवंत सिंह ने मेरे होंदया ही गड्डी जी गेट पर कटी सी तो मेरे होंदया ही उन्होंने पाइप लाई सी पानी वास्ते तो उन्होंने अंदर आना ही नहीं पाया पुलिस को तो उन्होंने बाहरों ही सरदार जसवंत सिंह खालड़ा गुआढ़ियों के दसन के मुताबिक उन्होंने कोई एड्रैस वगैरह कोई स्लैप दिखाई कि जो न्यो के नीवे होकर वेखन लगे तो उन्होंने चुक के जड़ा गड्डी के सुट लिया तो सरदार जसवंत सिंह खालड़ा का केस इन्ना प्रोमीनेंट हो गया चलो घटनावां इवें हाँ जी वो एक बंदा इत्थे घर च सीगा मैनू विदइन 15-20 मिनट दे विच मैनू फोन चले गया उदों मोबाइल फोन तो होंदे नहीं सीगे ते साडी लाइब्रेरी दे दफ्तर दे विच फोन गया भी घर आ जाओ
ਤੇ ਮੈਂ ਇੰਨਾ ਨਹੀਂ ਸੋਚ ਸਕੀ ਵੀ ਸਰਦਾਰ ਜਸਵੰਤ ਸਿੰਘ ਨੂੰ ਕੋਈ ਇਹੋ ਜਿਹੀ ਮਿਸ ਹੈਪਨਿੰਗ ਹੋ ਗਈ ਤੇ ਮੈਂ ਇੱਕ ਵਾਰੀ ਡਰੀ ਕਿ ਸ਼ਾਇਦ ਬੱਚਿਆਂ 'ਚ ਕੋਈ ਪ੍ਰੋਬਲਮ ਨਾ ਹੋਵੇ ਤੇ ਮੈਂ ਘਰ ਆਈ ਹਾਂ ਪਾਈਪ ਉਸੇ ਤਰ੍ਹਾਂ ਚੱਲੀ ਜਾਂਦੀ ਆ ਗੱਡੀ ਉੱਥੇ ਖੜ੍ਹੀ ਆ ਅਤੇ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਵੀ ਉਹਨਾਂ ਨੂੰ ਜਥੇਦਾਰ ਜੀ ਨੂੰ ਜਿਹੜੇ ਆ ਪੁਲਿਸ ਲੈ ਗਈ ਆ ਤਾਂ ਅਸੀਂ ਵਿਦਇਨ 50 ਮਿੰਟਸ ਜਦੋਂ ਮੈਂ ਘਰ ਆਈ ਹਾਂ ਅਸੀਂ ਜਿੱਥੇ ਵੀ ਫੋਨ ਕਰਨੇ ਸੀਗੇ ਅਸੀਂ ਸਭ ਨੂੰ ਫੋਨ ਕੀਤੇ ਇਹਨਾਂ ਦੇ ਚੇਅਰਮੈਨ ਨੂੰ ਫੋਨ ਕੀਤੇ ਚੰਡੀਗੜ੍ਹ ਜਿੱਥੇ ਜਿੱਥੇ ਵੀ ਮੈਂ ਸੋਚਦੀ ਸੀ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਰਨ ਨੂੰ ਜਾਂ ਅਸੀਂ ਫੋਨ ਕੀਤੇ ਅਸੀਂ ਠਾਣੇ ਵੀ ਗਏ ਉੱਥੇ ਜਾ ਕੇ ਪਤਾ ਕੀਤਾ ਵੀ ਉਹ ਸਾਰੇ ਹੈਰਾਨ ਹੋਏ ਵੀ ਇਹ ਅਸੀਂ ਤਾਂ ਇਹ ਬੰਦਾ ਲਿਆਂਦਾ ਨਹੀਂ ਕਿਉਂਕਿ ਜਿਹੜੀ ਸਾਨੂੰ ਚੌਂਕੀ ਪੈਂਦੀ ਸੀ ਇਸਲਾਮਾਬਾਦ ਅਸੀਂ ਉੱਥੇ ਹੀ ਜਾਣਾ ਸੀ ਪਰ ਜਦੋਂ 1:30 ਵਜੇ ਇੱਥੇ ਘਰ ਦੇ ਵਿੱਚ 3-4 ਏਰੀਏ ਦੀਆਂ ਸਾਡੀਆਂ ਜਿਹੜੀ ਪੁਲਿਸ ਇੱਥੇ ਜਮ੍ਹਾਂ ਹੋ ਗਈ ਸੀ ਇਹ ਵਾਚ ਕਰਨ ਦੇ ਲਈ ਕਿਉਂਕਿ ਬੜਾ ਕੇਸ ਜਿਹੜਾ ਅਖਬਾਰਾਂ ਦੇ ਵਿੱਚ ਰੈਗੂਲਰ ਆ ਰਿਹਾ ਸੀਗਾ ਇਸ ਕਰਕੇ ਪੁਲਿਸ ਨੇ ਵੀ ਇਹ ਜਾਣਨ ਲਈ ਬੜੀ ਉਤਸੁਕਤਾ ਸੀਗੀ ਵੀ ਇਹ ਕਿਹੜੇ ਬੰਦੇ ਦੀ ਕਾਰਵਾਈ ਹੋ ਸਕਦੀ ਹੈ ਅਤੇ ਉਸ ਦਿਨ ਅਸੀਂ ਤੁਸੀਂ ਮੰਨਣਾ ਨਹੀਂ ਵੀ ਇੰਨੀ ਛੇਤੀ ਕਾਰਵਾਈ ਹੋਈ ਹੈ ਖਾਲੜਾ ਕੇਸ ਦੇ ਵਿੱਚ ਪਰ ਫਿਰ ਵੀ ਅਸੀਂ ਕੁਛ ਸਰਦਾਰ ਜਸਵੰਤ ਸਿੰਘ ਨੂੰ ਨਹੀਂ ਬਚਾ ਸਕੇ ਅਸੀਂ ਉਸੇ ਦਿਨ ਡੀ ਆਰ ਭੱਟੀ ਨੂੰ ਵੀ ਮਿਲੇ ਉਸ ਵੇਲੇ ਉਹ ਬਾਰਡਰ ਰੇਂਜ ਡੀ ਆਰ ਭੱਟੀ ਸੀਗਾ ਅਤੇ ਉਹਨੇ ਵੀ ਕਿਹਾ ਇਹ ਕਿਵੇਂ ਹੋ ਸਕਦਾ ਵੀ ਮੇਰੇ ਏਰੀਏ 'ਚੋਂ ਕੋਈ ਦੂਜਾ ਬੰਦਾ ਲੈ ਜਾਵੇ ਅਤੇ ਬਹੁਤ ਕੁਛ ਹੋਇਆ ਪਰ ਅਸੀਂ ਕਹਿ ਸਕਦੇ ਹਾਂ ਵੀ ਸਾਡੀ ਪ੍ਰਾਪਤੀ ਜਾਂ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਅਸੀਂ ਜਸਵੰਤ ਸਿੰਘ ਨੂੰ ਨਹੀਂ ਛੁਡਾ ਸਕੇ ਪਰ ਢਿੱਲ ਕੋਈ ਨਹੀਂ ਰਹੀ ਮਤਲਬ ਦੂਜੇ ਦਿਨ ਸਾਰੀਆਂ ਅਖਬਾਰਾਂ ਭਰੀਆਂ ਗਈਆਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕਿਡਨੈਪਿੰਗ ਹੋ ਗਈ ਡੇਟ ਦੱਸਣਾ ਫਿਰ ਕਿਹੜੀ ਡੇਟ ਸੀਗੀ 6 ਸਤੰਬਰ 1995 ਸਤਸੰਗ ਜੀ ਇਹ ਸਾਡੇ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਖਾਲੜਾ ਜੀ ਜੋ ਕਿ ਸਾਡੇ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਧਰਮ ਪਤਨੀ ਹਨ ਇਹ ਉਹਨਾਂ ਦੀ ਦੁੱਖ ਭਰੀ ਜੋ ਸਟੋਰੀ ਹੈ ਵਾਰਤਾ ਜੋ ਉਹਨਾਂ ਨੇ ਸੁਣਾਈ ਹੈ ਨਾਲ ਹੀ ਭੈਣ ਜੀ ਨੇ ਇਹ ਕਿਹਾ ਕਿ ਉਸ ਟਾਈਮ ਜੰਗਲ ਦਾ ਰਾਜ ਸੀ ਅਤੇ ਜੰਗਲ ਦਾ ਜਿਹੜਾ ਮੁਖੀ ਸੀ ਰਾਜ ਦਾ ਮੁਖੀ ਸੀ ਉਹ ਇਹੀ ਬੇਅੰਤ ਸਿੰਘ ਜਿਹੜਾ ਕਿ ਸਿੰਘ ਕਹਿਣਾ ਵੈਸੇ ਇਹਨੂੰ ਠੀਕ ਨਹੀਂ ਜਚਦਾ ਜਿਹੜਾ ਕਿ ਜਕਰੀਆ ਨੰਬਰ 2 ਸੀ ਦਾਸ ਤਾਂ ਹਮੇਸ਼ਾ ਇਹੀ ਕਹਿੰਦਾ ਕਿ ਉਹਦਾ ਰਾਜ ਸੀ ਅਤੇ ਉਹਦੇ ਰਾਜ ਵਿੱਚ ਡੀ ਜੀ ਪੀ ਗਿੱਲ ਨੂੰ ਪੂਰੀ ਖੁੱਲ੍ਹ ਸੀ ਕਿ ਕੀ ਕਰੋ ਕੀ ਕਰਨਾ ਚਾਹੀਦਾ ਜਿੰਨੇ ਵੀ ਜੋ ਨੌਜਵਾਨ ਮਾਰੇ ਇਹਨਾਂ ਦੀ ਗਿਣਤੀ 25,000 ਤਾਂ ਇਹਨਾਂ ਨੇ ਦੱਸੀ ਹੈ ਅਤੇ ਵੈਸੇ ਫਿਗਰਸ ਕਾਫੀ ਆਈਆਂ ਹਨ ਕਿ ਐਟਲੀਸਟ 50,000 ਉਸ ਟਾਈਮ ਜੋ ਨੌਜਵਾਨ ਬੱਚਾ ਉਸ ਟਾਈਮ ਕਿਡਨੈਪ ਕੀਤਾ ਗਿਆ ਅਤੇ ਮਾਰੇ ਗਿਆ ਭੈਣ ਜੀ ਇੱਕ ਛੋਟਾ ਜਿਹਾ ਕੁਸਚਨ ਹੋਰ ਖਾਲੜਾ ਸਾਹਿਬ ਬਾਰੇ ਪੁੱਛਾਂਗਾ ਕਿ ਉਹ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਅੰਮ੍ਰਿਤਧਾਰੀ ਸਨ ਇਹ ਸਿਰਫ ਸੰਗਤਾਂ ਦੀ ਜਾਣਕਾਰੀ ਲਈ ਦਾਸ ਨੂੰ ਪਤਾ ਸੀ ਕਿ ਅਸੀਂ ਸੰਗਤਾਂ ਨੂੰ ਦੱਸ ਸਕੀ ਅਤੇ ਇਹ ਕਾਫੀ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਕੋਈ ਅਪੀਲ ਨਹੀਂ ਕਰਨੀ 6 ਮਹੀਨੇ ਪਹਿਲਾਂ ਤੁਹਾਨੂੰ ਚਿੱਠੀ 'ਚ ਲਿਖਤੀ ਰੂਪ ਵਿੱਚ ਦੱਸਤਾ ਸੀ ਅਤੇ ਮੇਰੀ ਮੌਤ ਦੇ ਕਾਰਨ ਵੀ ਉਹਨਾਂ ਨੇ ਦੱਸਤਾ ਸੀ ਵੀ ਇਹ ਦੋ ਬੰਦੇ ਹੋਣਗੇ ਜਿਹੜੇ ਆਪਾਂ ਚੀਫ ਮਿਨਿਸਟਰ ਦਾ ਨਾਮ ਵੀ ਲੈ ਚੁੱਕੇ ਹਾਂ ਅਤੇ ਜਿਹੜਾ ਡੀ ਜੀ ਪੀ ਸੀ ਗਿੱਲ ਕਿ ਜੇ ਕੋਈ ਗੱਲਬਾਤ ਹੋਈ ਕਿ ਜੇ ਦੇਖੋ ਅੰਮ੍ਰਿਤਧਾਰੀ ਸਿੰਘ ਹੋਣ ਕਰਕੇ ਚੜ੍ਹਦੀ ਕਲਾ 'ਚ ਹੋਣ ਕਰਕੇ ਪਰਮਾਤਮਾ ਦੀ ਕਿਰਪਾ ਹੋਣ ਕਰਕੇ ਨਾਮ ਦੇ ਵੀ ਅਸੀਂ ਨਿਤਨੇਮੀ ਸਨ ਅਤੇ ਉਹਨਾਂ ਨਾਲ ਇਹ ਹੋਇਆ ਜਿਹੜਾ ਕਿ ਉਹਨਾਂ ਨੂੰ 6 ਮਹੀਨੇ ਪਹਿਲੇ ਪਤਾ ਲੱਗ ਗਿਆ ਸੀ ਕਿ ਮੇਰੇ ਨਾਲ ਜੇ ਕਰਨਗੇ ਤਾਂ ਇਹੀ ਕਰਨਗੇ ਅਤੇ ਜੀ ਕੀ ਉਸ ਟਾਈਮ ਉਸ ਤੋਂ ਜਦੋਂ ਉਹਨਾਂ ਨੂੰ ਚੁੱਕਿਆ ਤਾਂ ਜਿਹੜੀ ਬੇਅੰਤ ਸਿੰਘ ਦੀ ਜਿਹੜੀ ਬੇਅੰਤ ਸਿੰਘ ਨੂੰ ਜਦੋਂ ਗੱਡੀ ਚਾੜਿਆ ਗਿਆ ਜਾਂ ਸੋਧਿਆ ਗਿਆ ਵਰਡ ਠੀਕ ਹੋਏਗਾ ਇਹ ਇਹਨਾਂ ਤੋਂ ਪਹਿਲਾਂ ਸੀ ਇਹ ਹੋਇਆ ਦੇਖੋ ਜੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਕਿਡਨੈਪ ਕੀਤਾ ਗਿਆ ਅਤੇ ਬੇਅੰਤ ਸਿੰਘ ਨੂੰ 6 ਦਿਨ ਪਹਿਲਾਂ 31 ਅਗਸਤ ਨੂੰ ਜਿਹੜਾ ਉਹਦਾ ਮਰਡਰ ਹੋਇਆ ਅਤੇ ਇਹ ਜਿਹੜਾ ਜਸਵੰਤ ਸਿੰਘ ਨੂੰ ਚੱਕਣ ਦਾ ਕਾਰਨ ਵੀ ਅਸੀਂ ਸਮਝਦੇ ਹਾਂ ਇਹੋ ਹੀ ਹੈ ਕਿ ਉਹਨਾਂ ਨੇ ਇਹ ਸਮਝਿਆ ਕਿ ਹੁਣ ਇਸ ਰੌਲੇ ਗੌਲੇ ਦੇ ਵਿੱਚ ਸਰਦਾਰ ਜਸਵੰਤ ਸਿੰਘ ਦੀ ਗੱਲ ਕਿਸੇ ਨੇ ਨਹੀਂ ਕਰਨੀ ਕਿਉਂਕਿ ਸੀ ਐਮ ਦਾ ਜਿਹੜਾ ਮਰਡਰ ਹੋ ਚੁੱਕਿਆ ਪਰ
परमात्मा वालों इन्नी सेध मिली कि यह कोर्ट के केस चले गया और ये जड़िया 10 साल के पहली जी जजमेंट आ पहली जजमेंट 10 साल बाद आई सी 2005 पहला सैशन कोर्ट का फैसला आया सी जिदे जिन्हें भी इनवॉल्व बंदे सीगे उन्हां विचों दो ता एक ने सुसाइड कर लिया सी जीत सिंह संधू ने एक अशोक कुमार DSP लैवल का सी वह भी डिप्रैशन से उहदी भी डैथ हो गई सी और पांच बंदे जिहड़े आ उन्हां विचों तीन नूं दो नूं उम्र कैद ते तीन नूं 7-7 साल की कैद हुई सी फिर उन्होंने हाईकोर्ट अप्रोच किया पर साड़ी परमात्मा जिहड़ा उह हमेशा सच दे नाल रहिंदा है ਤੇ ਉਹਦੇ ਵਿੱਚ ਕੀ ਹੋਇਆ ਹਾਈਕੋਰਟ ਦੇ ਵਿੱਚ ਉਹਨਾਂ ਦੀ ਸਜ਼ਾ ਬਹਾਲ ਹੋਣ ਦੀ ਬਜਾਏ ਜਿਹੜੀ ਉਹਦੀ ਸਜ਼ਾ ਉਹ ਵੱਧ ਕੇ ਜਿਹੜੀ ਆ ਉਹ ਲਾਈਫ ਸੈਂਟੈਂਸ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਵੀ ਅਪਰੋਚ ਕੀਤਾ ਹੁਣ 2011 ਨਵੰਬਰ ਦੇ ਵਿੱਚ ਕੇਸ ਆ ਜਿਹੜਾ ਫਾਈਨਲ ਹੋਇਆ ਇਹਦੇ ਵਿੱਚ ਉਹਨਾਂ ਨੇ ਇਹ ਜਿਹੜੀ ਉਹਨਾਂ ਦੀ ਜਿਹੜੀ ਹਾਈਕੋਰਟ ਦੀ ਸਜ਼ਾ ਹੈ ਉਹਨੂੰ ਹੀ ਬਹਾਲ ਰੱਖਿਆ ਭਾਜੀ ਮੈਂ ਇੱਥੇ ਇੱਕ ਕੁਐਸਚਨ ਪੁੱਛਾਂ ਕਿ ਜਿਹੜੇ ਪੰਜ ਬੰਦੇ ਫੜੇ ਗਏ ਸੀ ਉਹਨਾਂ ਦਾ ਦੋਸ਼ ਸਾਬਤ ਹੋ ਗਿਆ ਸੀ ਜੋ ਸੀ ਤਾਂ ਹੀ ਸਜ਼ਾ ਹੋਈ ਹੋਏਗੀ ਉਹਨਾਂ ਦਾ ਉਹਨਾਂ ਦਾ ਕੀ ਦੋਸ਼ ਸਾਬਤ ਹੈ ਥੋੜ੍ਹਾ ਜਿਹਾ ਕਲੀਅਰ ਕਰੋ ਹਾਂਜੀ ਉਹਨਾਂ ਦਾ ਜੇ ਸਮਝਿਆ ਜਾਵੇ ਤਾਂ ਅਬਡਕਸ਼ਨ ਦੇ ਵਿੱਚ ਉਹ ਬੰਦੇ ਇਨਵੋਲਵ ਸੀ ਤੇ ਇਹ ਕੇਸ ਜੇ ਮੈਂ ਤੁਹਾਨੂੰ ਸੁਣਾਉਣ ਲੱਗਾ ਤਾਂ ਮੇਰਾ ਖਿਆਲ ਘੰਟਿਆਂ ਮਰਜ਼ੀ ਟਾਵਾਂ ਸਮਾਂ ਚਾਹੀਦਾ ਇਹਦੇ ਵਿੱਚ ਗਵਾਹੀਆਂ ਹੋਈਆਂ ਗਵਾਹੀਆਂ ਦੇ ਵਿੱਚ ਕੁਲਦੀਪ ਸਿੰਘ ਬਚੜੇ ਦੀ ਗਵਾਹੀ ਹੋਈ ਜਿਹਨੇ ਸਾਰਾ ਕੁਛ ਦੱਸਿਆ ਵੀ ਜਸਵੰਤ ਸਿੰਘ ਨੂੰ ਅਖੀਰ ਵਾਰ ਕਿਹਨੇ ਕਿਹਨੇ ਟਾਰਚਰ ਕੀਤਾ ਕਿਵੇਂ ਉਹਦੀ ਡੈੱਡ ਬੋਡੀ ਨੂੰ ਡਿਸਟਰੋਏ ਕੀਤਾ ਇਹ ਸਾਰਾ ਕੁਛ ਜਦੋਂ ਕੋਰਟ ਦੇ ਵਿੱਚ ਸਾਹਮਣੇ ਆ ਗਿਆ ਬਿਆਨ ਹੋ ਗਿਆ ਅਤੇ ਜਿਹੜਾ ਕੇਸ ਹੈ ਮਰਡਰ 'ਚ ਕਨਵਰਟ ਹੋ ਗਿਆ ਅਤੇ ਫਿਰ ਇਹਦੇ 'ਤੇ ਦੋ ਬੰਦਿਆਂ 'ਤੇ ਸਿਰਫ ਮਰਡਰ ਦੀਆਂ ਧਾਰਾਂ ਲੱਗੀਆਂ ਜਸਪਾਲ ਸਿੰਘ ਹੈ ਜਿਹੜਾ ਮੇਨ ਅਕਿਊਜ਼ਡ ਉਹ ਹੈ ਅਤੇ ਜਾਂ ਅਜੀਤ ਸਿੰਘ ਸੰਧੂ ਹੈ ਜਿਹਨੇ ਉਹ ਕਰ ਲਈ ਸੁਇਸਾਈਡ ਕਰ ਲਈ ਸੀ ਸੋ ਜਿਹੜੇ ਜਿਹੜੇ ਜਸਪਾਲ ਸਿੰਘ ਦਾ ਤੁਸੀਂ ਨਾਮ ਲਿਆ ਦੇਖੋ ਸਾਧ ਸੰਗਤ ਜੀ ਕਿ ਇਹ ਉਸ ਟਾਈਮ ਹਾਈਕੋਰਟ ਨੇ ਜੋ ਜਜਮੈਂਟ ਦਿੱਤੀ ਕਿ ਉਹਨਾਂ ਨੂੰ ਉਮਰ ਕੈਦ ਦੀ ਜਿਹੜੇ ਕਿ ਇੱਕ ਕਾਤਲ ਜਿਹਨਾਂ ਨੇ ਕਿ ਕਤਲ ਕੀਤਾ ਸੀ ਇੱਕ ਤਰ੍ਹਾਂ ਜਿਹੜੀ ਵਾੜੀ ਖੇਤ ਨੂੰ ਖਾ ਗਈ ਵਾੜੀ ਖੇਤ ਨੂੰ ਖਾ ਗਈ ਜਿਹਨਾਂ ਨੇ ਸਾਨੂੰ ਕਰਨਾ ਸੀਗਾ ਜਿਹਨਾਂ ਨੇ ਸਾਨੂੰ ਪ੍ਰੋਟੈਕਟ ਕਰਨਾ ਸੀ ਜਿਹਨਾਂ ਨੇ ਸਾਨੂੰ ਬਚਾਉਣਾ ਸੀ ਉਹਨਾਂ ਨੇ ਇਹ ਬੰਦੇ ਜਿਹੜੇ ਇੰਨੇ ਚੰਗੇ ਬੰਦੇ ਜਿਹਨਾਂ ਦਾ ਕਿਤੇ ਕੋਈ ਇਨਵੋਲਵਮੈਂਟ ਨਹੀਂ ਉਹਨਾਂ ਨੂੰ ਗਵਾਹ ਕਰਕੇ ਇਸ ਤਰ੍ਹਾਂ ਉਹਨਾਂ ਨੂੰ ਮਾਰਨਾ ਉਹਨਾਂ ਦੀਆਂ ਲਾਸ਼ਾਂ ਦਰਿਆਵਾਂ ਵਿੱਚ ਰੋੜਨੀਆਂ ਇਹ ਸਾਰੀਆਂ ਟਿੱਪਣੀਆਂ ਜਿਹੜੀਆਂ ਕੋਰਟ ਦੇ ਵਿੱਚ ਆਈਆਂ ਜਿਹੜੀ ਲਾਸਟ ਟਿੱਪਣੀ ਕੋਰਟ ਨੇ ਕੀਤੀ ਹੈ ਮੈਂ ਨਾ ਦੋ ਗੱਲਾਂ ਜ਼ਰੂਰ ਕਰਨਾ ਚਾਹੁੰਦੀ ਹਾਂ ਸਾਧ ਸੰਗਤ ਜੀ ਉਹ ਇਹ ਕਿ ਜਿਹੜਾ ਖਾਲਾ ਕੇਸ ਹੈ ਉਹ ਡਿਫੈਂਸ 'ਚ ਲੜਿਆ ਗਿਆ ਜਿਹੜਾ ਖਰੜਾ ਕੇਸ ਹੈ ਉਹ ਸਟੇਟ ਵਰਸਿਸ ਸਟੇਟ ਲੜਿਆ ਗਿਆ ਉਹਨਾਂ ਨੇ 1995 ਤੋਂ ਲੈ ਕੇ ਕਿਤੇ ਵੀ ਨਹੀਂ ਮੰਨਿਆ ਕਿ ਸਰਦਾਰ ਜਸਵੰਤ ਸਿੰਘ ਖਰੜਾ ਦੀ ਸਾਨੂੰ ਲੋੜ ਸੀ ਜਾਂ ਕਿਸੇ ਵੀ ਕੇਸ ਵਿੱਚ ਇਨਵੋਲਵ ਸੀ ਸਰਕਾਰ ਸ਼ਰੇਆਮ ਪੁਲਿਸ ਮੁਕਰਦੀ ਰਹੀ ਕਿ ਸਰਦਾਰ ਜਸਵੰਤ ਸਿੰਘ ਖਰੜਾ ਸਾਨੂੰ ਕਿਤੇ ਚਾਹੀਦਾ ਹੀ ਨਹੀਂ ਸੀ ਕਿ ਅਸੀਂ ਇਹਨੂੰ ਲੈ ਕੇ ਨਹੀਂ ਆਏ ਸਾਰਾ ਕੇਸ ਡਿਫੈਂਸ 'ਚ ਲੜਿਆ ਗਿਆ ਦੂਜੀ ਗੱਲ ਇਹ ਕਿ ਕੇਸ ਨੂੰ ਸਟੇਟ ਵਰਸਿਸ ਸਟੇਟ ਲੜਿਆ ਗਿਆ ਇੱਕ ਪਾਸੇ CBI ਇੱਕ ਪਾਸੇ ਪੰਜਾਬ ਪੁਲਿਸ ਥੈਂਕ ਯੂ ਭੈਣ ਜੀ ਤੁਸੀਂ ਬਹੁਤ ਹੀ ਸੁਣਿਆ ਸਾਧ ਸੰਗਤ ਜੀ ਇਹ ਸਨ ਭੈਣ ਜੀ ਪਰਮਸ਼ੀਰ ਕੌਰ ਜੀ ਖਰੜਾ ਜਿਨ੍ਹਾਂ ਨੇ ਕਿ ਆਪਣੇ ਪਤੀ ਸਰਦਾਰ ਜਸਵੰਤ ਸਿੰਘ ਜੀ ਖਰੜਾ ਬਾਰੇ ਸਾਰਾ ਕੁਛ ਦੱਸਿਆ ਦਾਸ ਸਾਧ ਸੰਗਤ ਜੀ ਆਪ ਜੀ ਨੂੰ ਦੱਸ ਦਿੱਤਾ ਪਹਿਲਾਂ ਵੀ ਕਿ ਅਸੀਂ ਇੱਕ ਖਾਸ ਮਿਸ਼ਨ 'ਤੇ ਸਾਡੀ ਟੀਮ ਮੇਰੇ ਵੀਰ ਜਗਜੀਤ ਸਿੰਘ ਅਤੇ ਸੁਰਿੰਦਰਪਾਲ ਸਿੰਘ ਜੀ ਅਤੇ ਦਾਸ ਹਰਬੰਸ ਸਿੰਘ ਕੋਹਲੀ ਲੰਡਨ ਤੋਂ ਸਪੈਸ਼ਲੀ ਅਸੀਂ ਜਾਜੂਆਂ ਨਾਲ ਮੁਹਿੰਮ ਕਰਕੇ ਆਏ ਹਾਂ ਪਰ ਦਾਸਾਂ ਦੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਦੇ ਦਿਲ 'ਚ ਸੀ ਕਿ ਮਿਸਿਸ ਖਾਲੜਾ ਨੂੰ ਵੀ ਮਿਲਿਆ ਜਾਵੇ ਅਤੇ ਕਿਉਂਕਿ ਉਹਨਾਂ ਤੋਂ ਕੇਸ ਦੀ ਬੈਕਗ੍ਰਾਊਂਡ ਉਹਨਾਂ ਦੇ ਮੂੰਹ ਤੋਂ ਸੁਣੀ ਜਾਵੇ ਅਤੇ ਇਹ ਸਾਧ ਸਿੰਘ ਜੀ ਆਪ ਜੀ ਨੇ ਸੁਣ ਹੀ ਲਿਆ ਕਿ ਜੋ ਹੋਇਆ ਅਤਿਆਚਾਰ ਜੋ ਉਹਨਾਂ ਨੇ ਜਕਰੀਏ ਨੇ ਕੀਤਾ ਸੀ ਅਤੇ ਉਹਨੂੰ ਸਾਡੇ ਇੱਕ ਯੋਧੇ ਨੇ ਸਿੰਘ ਯੋਧੇ ਨੇ ਜੋ ਸਾਧਿਆ ਸੋਧਿਆ ਸੋ ਤੁਹਾਡੇ ਕੀ ਖਿਆਲ ਭੈਣ ਜੀ ਮੈਂ ਸਟੇਟ ਬਲਵੰਤ ਸਿੰਘ ਜੀ ਰਾਜੂਆਣਾ 'ਤੇ ਆਵਾਂ ਕਿ ਜੋ ਬੇਅੰਤ ਸਿੰਘ ਜੀ ਨੂੰ ਸੋਧਿਆ ਗਿਆ ਉਹ ਬਲਵੰਤ ਸਿੰਘ ਰਾਜੂਆਣੇ ਨੇ ਠੀਕ ਕੀਤਾ ਉਸ ਟਾਈਮ ਦੇ ਮੁਤਾਬਕ ਹਾਂਜੀ ਪਹਿਲੀ ਗੱਲ ਤਾਂ ਸਾਧ ਸੰਗਤ ਜੀ ਇਹ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਅਤੇ ਭਾਈ ਰਾਜੂਆਣਾ ਅਤੇ ਭਾਈ ਹਵਾਰਾ ਅਤੇ ਭਾਈ
ਜਿਹੜੇ ਨਾਲ ਸ਼ਹੀਦ ਹੋਏ ਆ ਨਹੀਂ ਜਿਹਨਾਂ ਨੇ ਬੇਅੰਤ ਸਿੰਘ ਨੂੰ ਉਡਾਇਆ ਦਲਾਵਰ ਸਿੰਘ ਦਲਾਵਰ ਸਿੰਘ ਇਹ ਸਾਰੀ ਕਹਾਣੀ ਮੈਂ ਕਹਿ ਸਕਦੀ ਹਾਂ ਬੇਅੰਤ ਸਿੰਘ ਦੇ ਜ਼ੁਲਮ ਨੂੰ ਨੰਗਿਆਂ ਕਰਨ ਵਾਸਤੇ ਇਹ ਸਾਰੀ ਸਟੋਰੀ ਆ ਜਿਹੜੀ ਇਹ ਲਿੰਕ ਹੈ ਅਸੀਂ ਕਹਿ ਸਕਦੇ ਹਾਂ ਲਿੰਕ ਹੈ ਜੇ ਸਰਦਾਰ ਜਸਵੰਤ ਸਿੰਘ ਹਾਲਡਾ ਨੇ ਇਸ ਗੱਲ ਤੋਂ ਪਰਦਾ ਲਾਇਆ ਕਿ ਪੰਜਾਬ ਦੇ ਵਿੱਚ 25,000 ਬੰਦਾ ਡਿਸਪੀਅਰ ਹੋ ਗਿਆ ਔਰ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਬੇਅੰਤ ਸਿੰਘ 'ਤੇ ਪੈਂਦੀ ਆ ਅਤੇ ਜੇ ਅਸੀਂ ਇਹ ਗੱਲ ਜੇ ਜਸਵੰਤ ਸਿੰਘ ਇਹ ਗੱਲ ਨਾ ਕਹਿੰਦਾ ਇਹ ਗੱਲ ਬੜੀ ਨੋਟ ਕਰਨ ਵਾਲੀ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਅਬਡਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੀ ਫਾਲਸ ਇਨਕਾਊਂਟਰ ਨਹੀਂ ਹੋਇਆ ਇੱਕ ਬਿਜਲੀ ਦੇ ਬਟਨ ਵਾਂਗੂ ਜਿਹੜੇ ਆ ਫਾਲਸ ਇਨਕਾਊਂਟਰ ਜਿਹੜੇ ਬੰਦ ਹੋ ਗਏ ਅਤੇ ਇਹਨੂੰ ਜਿਹੜਾ ਸੋਧਿਆ ਗਿਆ ਬੇਅੰਤ ਸਿੰਘ ਨੂੰ ਉਹ ਤਾਂ 6 ਦਿਨ ਪਹਿਲਾਂ ਸੋਧਿਆ ਗਿਆ ਔਰ ਇਹਦੇ ਵਿੱਚ ਇਹ ਸਾਡੀ ਰਵਾਇਤ ਹੈ ਸਿੱਖਾਂ ਦੀ ਕਿ ਜਿਹੜਾ ਜਦੋਂ ਜ਼ੁਲਮ ਦੀ ਅੱਤ ਹੋ ਜਾਵੇ ਜਦੋਂ ਕਿਤੋਂ ਨਿਆਂ ਨਾ ਮਿਲੇ ਜਦੋਂ ਕੋਰਟਾਂ ਜਵਾਬ ਦੇਣ ਤਾਂ ਫਿਰ ਇਹ ਕੰਮ ਸਾਨੂੰ ਕਰਨੇ ਪੈਂਦੇ ਆ ਔਰ ਇਹ ਇਤਿਹਾਸ ਦੇ ਵਿੱਚ ਅੱਜ ਨਹੀਂ ਇਹ ਹੁੰਦਾ ਆਇਆ ਹੈ ਅਤੇ ਹੁੰਦਾ ਰਹੂਗਾ ਕਿਉਂਕਿ ਜੇ ਇੰਦਰਾ ਗਾਂਧੀ ਨੂੰ ਜੇ ਮਾਰਿਆ ਹੈ ਤਾਂ ਅਸੀਂ ਇਹ ਕਹਿੰਦੇ ਹਾਂ ਚੈਲੇਂਜ ਕਰਦੇ ਹਾਂ ਵੀ ਇੰਦਰਾ ਗਾਂਧੀ ਨੇ ਸਾਡੇ ਅਕਾਲ ਤਖ਼ਤ 'ਤੇ ਹਮਲਾ ਕੀਤਾ ਜੇ ਬੇਅੰਤ ਸਿੰਘ ਨੇ ਪੰਜਾਬ ਦੇ ਵਿੱਚ ਅੱਤ ਚੁੱਕੀ ਜੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਕਿ ਲੋਕਾਂ ਦੇ ਘਰਾਂ ਦੇ ਵਿੱਚੋਂ ਬੱਚੇ ਚੱਕ ਚੱਕ ਕੇ ਅਤੇ ਸ਼ਹੀਦ ਕਰ ਦਿੱਤੇ ਗਏ ਤਾਂ ਉਹਨੂੰ ਵੀ ਸੋਧਾ ਲਾਉਣਾ ਮੇਰੇ ਹਿਸਾਬ ਨਾਲ ਬਹੁਤ ਬਹੁਤ ਜ਼ਰੂਰੀ ਸੀ ਅਤੇ ਭਾਈ ਰਾਜੋਆਣੇ ਦਾ ਜਿਹੜਾ ਸਟੈਂਡ ਹੈ ਉਹ ਕੌਮੀ ਨਿਯਮਾਂ ਅਤੇ ਨੈਤਿਕਤਾ ਦੇ ਹਿਸਾਬ ਨਾਲ ਬਹੁਤ ਹੀ ਸਟੈਂਡ ਵਾਲਾ ਹੈ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ ਭਾਈ ਰਾਜੋਆਣਾ ਦੀ ਅਤੇ ਭਾਈ ਹਵਾਰਾ ਦੇ ਹੱਕ ਦੇ ਵਿੱਚ ਅਤੇ ਬੇਅੰਤ ਸਿੰਘ ਦੇ ਅਗੇਂਸਟ ਮੈਂ ਉੱਥੇ ਗਵਾਹੀ ਦੇ ਕੇ ਆਈ ਹਾਂ ਔਰ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਦੇ ਮੌਕੇ ਮਿਲੇ ਆ ਹਾਂਜੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਹੈ ਅਤੇ ਜਿੱਥੋਂ ਤੱਕ ਭਾਈ ਰਾਜੋਆਣਾ ਨੂੰ ਹੁਣ ਸਾਡਾ ਕੌਮੀ ਫਰਜ਼ ਵੀ ਤਾਂ ਕੋਈ ਬਣਦਾ ਹੈ ਨਾ ਸਿੱਖਾਂ ਦਾ ਮੈਂ ਚਾਹੁੰਦੀ ਹਾਂ ਕਿ ਸਾਰੀ ਸਿੱਖ ਕੌਮ ਇੱਕ ਮੱਤ ਹੋ ਗਏ ਜੇ ਭਾਈ ਰਾਜੋਆਣੇ ਦੀ ਅਸੀਂ ਫਾਂਸੀ ਨੂੰ ਥੋੜ੍ਹੇ ਦਿਨਾਂ ਲਈ ਡਿਲੇ ਕਰਾਇਆ ਹੈ ਹਜੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਫਾਂਸੀ ਨੂੰ ਅਸੀਂ ਰੁਕਵਾ ਲਿਆ ਅਤੇ ਸਾਨੂੰ ਇੰਨਾ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਕਿ ਭਾਈ ਰਾਜੋਆਣਾ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਲਿਆ ਕੇ ਉਹਨੂੰ ਜਿਹੜਾ ਉਹਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇ ਅਤੇ ਕੌਮ ਦੇ ਲੀਡਰ ਵਜੋਂ ਜੇ ਉਹਦੀ ਲਿਆਕਤ ਜੇ ਉਹਦੀ ਜਿਹੜੀ ਹੈਗੀ ਆ ਉਹ ਬਾਹਰ ਆਵੇ ਅਤੇ ਕੌਮ ਨੂੰ ਪਤਾ ਲੱਗੇ ਕਿ ਜਿਹੜੇ ਇਹੋ ਜਿਹੇ ਹੀਰੇ ਆ ਉਹ ਕੌਮ ਦੇ ਲਈ ਕਿੰਨੀ ਕੁ ਕੁਰਬਾਨੀ ਕਰ ਸਕਦੇ ਆ ਮੈਂ ਉਹਦੀ ਐਪਰੀਸ਼ੀਏਟ ਕਰਦੀ ਹਾਂ ਉਹਨੇ ਜੋ ਵੀ ਅੱਜ ਤੱਕ ਕੀਤਾ ਮੇਰੇ ਵੀ ਛੋਟੇ ਜਗਜੀਤ ਸਿੰਘ ਜੀ ਕੁਛ ਕੁਸਚਨ ਪੁੱਛਣਾ ਚਾਹੁੰਦੇ ਹਨ ਦਾਸ ਜਗਜੀਤ ਸਿੰਘ ਜੀ ਨੂੰ ਮਾਈਕ ਦੇਗਾ ਖੁਦ ਹੁਣ ਅੱਜ ਦੇ ਟਾਈਮ 'ਚ ਇੱਕ ਸੰਸਥਾ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਆਪ ਇੱਕ ਸੰਸਥਾ ਹੈ ਕਿਉਂਕਿ ਉਹਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਪਰਿਵਾਰ ਹੈ ਉਹ ਸਾਰੇ ਕੰਮ ਕਰਦੇ ਆ ਪਰ ਜਿੰਨਾ ਵੀ 17 ਸਾਲ ਕੰਮ ਹੋਇਆ ਇੱਕ ਟੀਮ ਵਰਕ ਹੋਇਆ ਮੈਂ ਇਹ ਨਹੀਂ ਕਹਿ ਸਕਦੀ ਕਿਤੇ ਵੀ ਮੈਂ ਇਹ ਐਡਮਿਟ ਨਹੀਂ ਕਰਦੀ ਕਿ ਪਰਮਜੀਤ ਕੌਰ ਖਾਲੜਾ ਨੇ ਇਹ ਕੀਤਾ ਜਾਂ ਉਹ ਕੀਤਾ ਪਰਮਜੀਤ ਖਾਲੜਾ ਦੀ ਇਹ ਮੋਰਲ ਡਿਊਟੀ ਸੀ ਕਿ ਉਹ ਪਰਿਵਾਰਕ ਜਿਹੜੀਆਂ ਜ਼ਿੰਮੇਵਾਰੀਆਂ ਉਹਨੂੰ ਕਿਸ ਤਰ੍ਹਾਂ ਉਹਨੇ ਟੈਕਲ ਕਰਨਾ ਔਰ ਕਿਸ ਤਰ੍ਹਾਂ ਨਿਭਾਉਣਾ ਪਰ ਇਹਦੇ ਵਿੱਚ ਸਾਰੇ ਲੋਕ ਜੋ ਮਨੁੱਖੀ ਹੱਕਾਂ ਦੇ ਹਾਮੀ ਔਰ ਸਾਰੇ ਉਹ ਲੋਕ ਜਿਨ੍ਹਾਂ ਦੇ ਬੱਚੇ ਡਿਸਪੀਅਰ ਹੋਏ ਜਾਂ ਉਹ ਲੋਕ ਜਿਹੜੇ ਹਿਊਮੈਨਿਟੀ ਦੇ ਆਧਾਰ 'ਤੇ ਇਸ ਗੱਲ ਨੂੰ ਸਹੀ ਮੰਨਦੇ ਆ ਕਿ ਪੰਜਾਬ ਦੇ ਵਿੱਚ ਕਾਣ ਹੋਇਆ ਸਿੱਖਾਂ ਦਾ ਉਹ ਸਾਰੇ ਲੋਕ ਇੱਕਦਮ ਸਾਡੇ ਨਾਲ ਆਏ ਇਹ ਇੱਕ ਬਹੁਤ ਵੱਡਾ ਟੀਮ ਵਰਕ ਹੋਇਆ ਪਹਿਲਾਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਿਸ ਦਿਨ ਉਹਨਾਂ ਦੀ ਕਿਡਨੈਪਿੰਗ ਹੋਈ ਅਤੇ ਖਾਲੜਾ ਐਕਸ਼ਨ ਕਮੇਟੀ ਬਣੀ ਥੋੜ੍ਹੇ ਚਿਰ ਬਾਅਦ ਅਸੀਂ ਉਹਨੂੰ ਜਿਹੜਾ ਉਹਦਾ ਜਦੋਂ 98 ਦੇ ਵਿੱਚ ਗਵਾਹੀ ਆ ਗਈ ਕਿ ਉਹਨਾਂ ਦਾ ਜਿਹੜਾ ਸ਼ਹਾਦਤ ਹੋ ਚੁੱਕੀ ਹੈ ਤਾਂ ਫਿਰ ਅਸੀਂ ਇਹਨੂੰ ਖਾਲੜਾ ਮਿਸ਼ਨ ਕਮੇਟੀ ਕੀਤਾ ਇਹ 8 ਨਵੰਬਰ 1998 ਦੇ ਵਿੱਚ ਖਾਲੜਾ ਮਿਸ਼ਨ ਕਮੇਟੀ ਹੋ ਗਈ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਜਥੇਬੰਦੀ ਦਾ ਕੰਮ ਸਾਡੇ 'ਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆ ਪਈ ਉਹ ਇਹ ਕਿ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਕੁਸਚਨ ਹੈ ਜਿਹੜਾ ਕਰਨਾ ਬੜਾ ਬਣਦਾ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜੋ ਲਿਸਟ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਕੱਢੀ ਸੀ 297 ਲੋਕਾਂ ਦੀ ਉਹ ਵੀ ਅਸੀਂ ਐਜ਼ ਏ ਐਫੀਡੇਵਿਟ ਸੁਪਰੀਮ ਕੋਰਟ ਦੇ ਵਿੱਚ ਫਾਈਲ ਕਰਤੀ ਔਰ ਆਰਡਰ ਹੋਏ ਸੁਪਰੀਮ ਕੋਰਟ ਦੇ ਕਿ ਇਹ ਵੀ ਪਤਾ ਕੀਤਾ ਜਾਵੇ ਕਿ ਜਿਹੜੇ ਸਰਦਾਰ ਜਸਵੰਤ ਸਿੰਘ ਗੱਲ ਕਹਿੰਦਾ ਕਿ ਇਹ ਠੀਕ ਹੈ ਜਾਂ ਗਲਤ
ਤਾਂ ਸੀਬੀਆਈ ਨੇ ਸਪੈਸ਼ਲ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਬਣਾਇਆ ਤੇ ਉਹਨਾਂ 3,2100 ਬੰਦਿਆਂ ਨੂੰ ਅਪਰੋਚ ਕੀਤਾ ਤੇ ਉਹ ਸਹੀ ਪਾਇਆ ਗਿਆ ਤੇ ਜਿਹੜੇ ਲੋਕ ਆ ਡਿਸਪੀਅਰ ਹੋਏ ਆ ਇਹ ਠੀਕ ਹੈ ਔਰ ਇਹਨਾਂ ਇਹ ਜਿਹੜੀ ਗੱਲ ਹੈ ਉਹ ਕੋਰਟ ਨੂੰ ਮੰਨਣੀ ਪਈ ਤੇ ਉਹਨਾਂ ਨੇ 2097 ਬੰਦਿਆਂ ਨੂੰ NHRC ਨੈਸ਼ਨਲ ਹਿਊਮਨ ਰਾਈਟਸ ਨੂੰ ਉਹਨਾਂ ਨੇ ਜਿਹੜਾ ਇਹ ਆਰਡਰ ਕੀਤਾ ਕਿ ਇਹਨਾਂ ਲੋਕਾਂ ਨੂੰ ਕੰਪਨਸੇਟ ਕੀਤਾ ਜਾਵੇ ਤੇ ਇਹ ਖਾਲਾ ਮਿਸ਼ਨ ਆਰਗੇਨਾਈਜੇਸ਼ਨ ਦੀ ਇੱਕ ਬਹੁਤ ਅਹਿਮ ਤੇ ਵੱਡੀ ਪ੍ਰਾਪਤੀ ਕਹੋ ਜਾਂ ਜ਼ਿੰਮੇਵਾਰੀ ਕਹੋ ਤੇ ਅਸੀਂ ਇਸ ਨੂੰ ਇੱਕ ਨੈਤਿਕਤਾ ਦੇ ਆਧਾਰ ਤੇ ਮੈਂ ਆਪਣੀ ਜੌਬ ਛੱਡ ਕੇ ਔਰ ਇਸ ਨੂੰ ਕੰਮ ਨੂੰ ਹਰ ਬੰਦੇ ਨੂੰ ਅਪਰੋਚ ਕੀਤਾ ਸ਼ਹੀਦ ਪਰਿਵਾਰ ਨੂੰ ਘਰ ਘਰ ਜਾ ਕੇ ਅਪਰੋਚ ਕੀਤਾ ਔਰ ਉਹਨਾਂ ਦੇ ਐਫੀਡੇਵਿਟ ਲਏ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੇ ਤੇ ਇਹ ਕੋਈ ਬਹੁਤ ਵੱਡੀ ਪ੍ਰਾਪਤੀ ਮੈਂ ਨਹੀਂ ਕਹਿ ਸਕਦੀ ਕਿਉਂਕਿ ਹਜੇ ਪੰਜਾਬ ਦੇ ਵਿੱਚ ਹਜ਼ਾਰਾਂ ਪਰਿਵਾਰ ਰੁੱਲ ਰਹੇ ਆ ਪਰ ਫਿਰ ਵੀ ਪੰਜਾਬ ਦੇ ਵਿੱਚ 1800 ਦੇ ਲਗਭਗ ਬੰਦਿਆਂ ਨੂੰ ਕੰਪਨਸੇਸ਼ਨ ਮਿਲ ਚੁੱਕੀ ਹੈ ਸਾਡੀ ਲਾਸ਼ ਦਾ ਮੁੱਲ ਕੀ ਪਿਆ ਹੈ 2.5 ਲੱਖ ਇੱਕ ਲਾਸ਼ ਦਾ ਮੁੱਲ ਪਿਆ ਹੈ ਤੇ ਜਿਹੜੇ ਕਸਟਡੀ ਦੇ ਵਿੱਚ ਸ਼ਹੀਦ ਕੀਤੇ ਗਏ ਆ ਉਹਨਾਂ ਦਾ 2.5 ਲੱਖ ਤੇ ਸਰਦਾਰ ਜਸਵੰਤ ਸਿੰਘ ਵਰਗੇ ਸ਼ਹੀਦ ਜਿਹੜੇ ਜਾਂ ਹਜ਼ਾਰਾਂ ਉਹ ਬੱਚੇ ਜਾਂ ਹਜ਼ਾਰਾਂ ਉਹ ਜਨਾਨੀਆਂ ਜਿਨ੍ਹਾਂ ਨੂੰ ਕੰਬਲਾਂ ਤੇ ਖੇਸਾਂ ਦੀਆਂ ਗੰਢਾਂ ਮੰਨ ਕੇ ਦਰਿਆਵਾਂ ਦੇ ਵਿੱਚ ਰੋੜਿਆ ਗਿਆ ਉਹਨਾਂ ਦਾ ਹਜੇ ਕੋਈ ਮੁੱਲ ਨਹੀਂ ਪਿਆ ਪੰਜਾਬ ਦੇ ਵਿੱਚ ਜਿੰਨੀਆਂ ਲਾਸ਼ਾਂ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ ਤੇ ਭਾਈ ਸਾਹਿਬ ਰਾਜੋਆਣਾ ਲਈ ਤੁਸੀਂ ਕੋਈ ਮਤਲਬ ਉਹਨਾਂ ਲਈ ਕੋਈ ਮੁਹਿੰਮ ਜਾਂ ਕੋਈ ਤੁਸੀਂ ਕੁਛ ਕਰ ਰਹੇ ਹੋ ਉਹਨਾਂ ਲਈ ਕੋਈ ਉਹਨਾਂ ਲਈ ਤੁਸੀਂ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਜਾਂ ਉਹਦੇ ਲਈ ਤੁਸੀਂ ਕੋਈ ਸਟਰਗਲ ਕਰ ਰਹੇ ਹੋ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਦੇਖੋ ਜੀ ਸਾਡੀ ਅਸੀਂ ਜਿੰਨਾ ਵੀ ਕੰਮ ਕਰਦੇ ਹਾਂ ਉਹ ਲੀਗਲ ਔਰ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਕਰਦੇ ਹਾਂ ਅਸੀਂ ਭਾਈ ਰਾਜੋਆਣਾ ਦੇ ਸਾਰੀ ਚੀਜ਼ ਨੂੰ ਵਾਚ ਕੀਤਾ ਵੀ ਉਹਨਾਂ ਨੇ ਜਿਹੜਾ ਇਹ ਗਵਰਨਮੈਂਟ ਬੇਸ਼ੱਕ ਉਹਨੂੰ ਕ੍ਰਾਈਮ ਕਹਿੰਦੀ ਹੋਵੇ ਪਰ ਅਸੀਂ ਉਹਨੂੰ ਕਹਿੰਦੇ ਹਾਂ ਉਹਦੀ ਬਹਾਦਰੀ ਜਿਹਨੇ ਕਮਿਟ ਕਰ ਲਿਆ ਕੋਰਟ ਦੇ ਵਿੱਚ ਇਹ ਕਹਿ ਕੇ ਵੀ ਮੈਂ ਇਹ ਕੰਮ ਇਸ ਲਈ ਕੀਤਾ ਕਿ ਇਹਨੇ ਇੰਨੇ ਬੰਦੇ ਮਾਰੇ ਆ ਇਹ ਵੀ ਇੱਕ ਬੜਾ ਸੱਚ ਜਿਹੜਾ ਸਾਹਮਣੇ ਲਿਆਉਣਾ ਦੁਨੀਆਂ ਦੀ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਟਾਈਮ ਟੂ ਟਾਈਮ ਰਾਜੋਆਣੇ ਦੇ ਨਾਲ ਖੜਦੇ ਰਹੇ ਹਾਂ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਭਾਈ ਰਾਜੋਆਣਾ ਦੇ ਕੇਸ ਦੇ ਵਿੱਚ ਮੈਂ ਕੋਰਟ ਦੇ ਵਿੱਚ ਗਵਾਹੀ ਵੀ ਦੇ ਕੇ ਆਈ ਹਾਂ ਕਿ ਬੇਅੰਤ ਸਿੰਘ ਨੇ ਬੇਅੰਤ ਸਿੰਘ ਨੂੰ ਮਾਰਨਾ ਕਿਉਂ ਜ਼ਰੂਰੀ ਸੀ ਬੇਅੰਤ ਸਿੰਘ ਨੇ ਕੀ ਕੁਛ ਕੀਤਾ ਬੇਅੰਤ ਸਿੰਘ ਕਿਹੜੀ ਕਿਹੜੀਆਂ ਲਾਸ਼ਾਂ ਦੇ ਲਈ ਜ਼ਿੰਮੇਵਾਰ ਇਸ ਲਈ ਹੁਣ ਜੀ ਕੱਲ੍ਹ ਵੀ ਇੱਕ ਪ੍ਰੈਸ ਕਰਕੇ ਆਏ ਹਾਂ ਚੰਡੀਗੜ੍ਹ ਦੇ ਵਿੱਚ ਉਸ ਪ੍ਰੈਸ ਦਾ ਮਨਸ਼ਾ ਇਹ ਸੀ ਕਿ ਸੁਪਰੀਮ ਕੋਰਟ ਮਨਿਓਰਟੀ ਦੇ ਨਾਲ ਕੀ ਕਰਦੀ ਹੈ 30 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਭਾਈ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਇੱਕ ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਜਿਹੜੇ ਪੰਜਾਬ ਦੇ ਵਿੱਚ ਜੋ ਸਿਆਸੀ ਡਰਾਮਾ ਹੋਇਆ ਅਸੀਂ ਇਸ ਗੱਲ ਨੂੰ ਐਜ ਏ ਚੈਲੇਂਜ ਵਜੋਂ ਲਿਆ ਕਿ ਪੰਜਾਬ ਦੇ ਵਿੱਚ ਕੋਈ ਸਿਆਸੀ ਡਰਾਮਾ ਉਹ ਤਾਂ ਨਹੀਂ ਜਿਹੜੇ 25,000 ਬੰਦੇ ਡਿਸਪੀਅਰ ਹੋ ਗਏ ਕੋਰਟ ਇਹੋ ਜਿਹੀਆਂ ਟਿੱਪਣੀਆਂ ਕਰੇ ਜਦੋਂ ਕਿ ਭਾਈ ਰਾਜੋਆਣਾ ਦਾ ਕੇਸ ਕਿਤੇ ਐਡਮਿਟ ਹੀ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜੋਆਣੇ ਦੇ ਜੱਜ ਕਿਉਂ ਇਹੋ ਜਿਹੀਆਂ ਟਿੱਪਣੀਆਂ ਕਰਦੇ ਅਸੀਂ ਇਸ ਚੀਜ਼ ਨੂੰ ਐਜ ਏ ਚੈਲੇਂਜ ਵਜੋਂ ਲਿਆ ਹੈ ਕਿ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਕਾਫੀ ਹੈ ਤੇ ਸਾਨੂੰ ਮਤਲਬ ਕੋਰਟਾਂ ਨੂੰ ਤਾਂ ਘੱਟੋ ਘੱਟ ਇਹ ਸੋਚਣਾ ਚਾਹੀਦਾ ਵੀ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ ਜਦੋਂ ਪੰਜਾਬ ਦੇ ਵਿੱਚ ਇੰਨੇ ਬੰਦੇ ਡਿਸਪੀਅਰ ਹੋ ਗਏ ਉਦੋਂ ਤਾਂ ਕੋਰਟਾਂ ਨਹੀਂ ਬੋਲੀਆਂ ਉਦੋਂ ਤਾਂ 3-3 ਦਿਨ ਲਈ ਕੋਰਟਾਂ ਬੰਦ ਹੋ ਗਈਆਂ ਤੇ ਹੁਣ ਜਦੋਂ ਭਾਈ ਰਾਜੋਆਣਾ ਆਪਣਾ ਇੱਕ ਸਟੈਂਡ ਲੈ ਗਿਆ ਤੇ ਹੁਣ ਭਾਈ ਰਾਜੋਆਣੇ ਕਰਕੇ ਸਾਰੇ ਪੰਜਾਬ ਦੇ ਮਾਹੌਲ ਨੂੰ ਦੁਬਾਰਾ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਕਹਿੰਦੇ ਪਲੀਜ਼ ਅਵੋਇਡ ਕਰੋ ਇੱਕ ਕੁਐਸਚਨ ਹੋਰ ਐਜ਼ ਏ ਹਿਊਮਨ ਰਾਈਟਸ ਤੁਹਾਨੂੰ ਕਾਫੀ ਜ਼ਿਆਦਾ ਨੌਲੇਜ ਹੋਏਗੀ ਤੁਸੀਂ ਇਹ ਦੱਸੋ ਕਿ ਭਾਈ ਸਾਹਿਬ ਨੂੰ 17 ਸਾਲ ਮਤਲਬ ਉਹ ਜੇਲ੍ਹ 'ਚ ਵੀ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਫਾਂਸੀ ਦੇਣਾ ਇਹ ਕਿਸ ਹੱਦ ਤੱਕ ਜਾਇਜ਼ ਹੈ ਤੇ ਕੀ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਵਿੱਚ ਤੁਸੀਂ ਕੁਛ ਕਰ ਰਹੇ ਹੋ ਜਾਂ ਤੁਸੀਂ ਸੰਗਤਾਂ ਨੂੰ ਕੁਛ ਅੱਗੇ ਕਰ ਰਹੋਗੇ ਅਪੀਲ ਕਰੋਗੇ ਕਿ ਤੁਸੀਂ ਅੱਗੇ ਕਿਸ ਤਰ੍ਹਾਂ ਆਪਾਂ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਦੇਖੋ ਜੀ ਸਾਰੀ ਦੁਨੀਆਂ ਦੇ ਵਿੱਚ ਇਹ ਗੱਲ ਚੱਲ ਪਈ ਹੈ ਵੀ ਸਾਡੇ ਜਿਹੜਾ ਪੈਨਲ ਹੈ ਸਾਡੇ ਵਕੀਲਾਂ ਦਾ ਉਹ ਵੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਕੇਸ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਫਾਂਸੀ ਵਾਸਤੇ ਉੱਥੇ ਜਰਾ ਨਹੀਂ ਕਰਨੀ ਉੱਥੇ ਅਸੀਂ ਲੜਨਾ ਨਹੀਂ ਹੈ ਤੇ ਸਾਨੂੰ ਹੋਰ ਵਕੀਲ ਕਰਨੇ ਪਏ ਸੁਪਰੀਮ ਕੋਰਟ ਦੇ ਵਿੱਚ ਅਸੀਂ ਅਗੇਂਸਟ ਹਾਂ ਅਸੀਂ ਕਿਉਂਕਿ ਮਨੁੱਖੀ ਹੱਕਾਂ ਦੇ ਹਾਮੀ ਹਾਂ ਅਸੀਂ ਫਾਂਸੀ ਦੇ ਵੈਸੇ ਹੀ ਅਗੇਂਸਟ ਹਾਂ ਵੀ ਕਿਸੇ ਦੀ ਲਾਈਫ ਨੂੰ ਇਸ ਤਰ੍ਹਾਂ ਨਹੀਂ ਤੁਸੀਂ ਕਰ ਸਕਦੇ ਤੇ ਦੂਜੀ ਗੱਲ ਇਹ ਹੈ ਵੀ ਜਿੱਥੋਂ ਅਸੀਂ ਐਜ ਏ ਸਿੱਖ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਸਾਡਾ ਇਹ ਇਤਿਹਾਸ ਹੈ ਜੇ ਉਹ ਆਪਣੇ ਸਟੈਂਡ 'ਤੇ ਅੜਦਾ ਹੈ ਭਾਈ ਰਾਜੋਆਣਾ ਤਾਂ ਇਹ ਵੀ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇਤਿਹਾਸ ਸਿੱਖਾਂ ਨੇ ਬਣਾਏ ਆ ਅਤੇ ਸਾਡੀ ਤਰਾਸਦੀ ਇਹ ਹੈ ਕਿ ਇਤਿਹਾਸ ਸਾਂਭੇ ਰਹੀ
राष्ट्रपति को स्टे करा सकते हैं कोई वड्डी गल नहीं है साडे सारे सिख बुद्धिजीवी सियाने लोग हैगे आ सिखां दे विच ਹਿਊਮਨ ਰਾਈਟ ਦੀ ਜਿਹੜੀ ਵੇਵ ਹੈ ਉਹਨੂੰ ਇੰਟਰਨੈਸ਼ਨਲ ਲੈਵਲ 'ਤੇ ਕੰਪਿਊਟਰ ਰਾਹੀਂ ਨੈੱਟ ਰਾਹੀਂ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਇਹਨੂੰ ਬੈਲਟ ਕਰਨ ਜਿਹੜੀ ਪ੍ਰੈਸ ਉਹ ਵੀ ਇੱਕ ਪਾਸੇ ਹੋ ਕੇ ਨਾ ਚੱਲੇ ਕੱਲ੍ਹ ਦੀ ਸਾਡੀ ਪ੍ਰੈਸ ਇਹ ਹੋਈ ਸੀ ਵੀ ਪ੍ਰੈਸ ਵੀ ਇੱਕ ਪਾਸੇ ਹੋ ਕੇ ਚੱਲੀ ਜਾ ਰਹੀ ਹੈ ਤੁਸੀਂ ਕੀ ਸੋਚਦੇ ਹੋ ਜਿਹੜੀ ਜਿਹੜੀ ਮੁਹਿੰਮ ਪੰਜਾਬ ਦੇ ਵਿੱਚ ਚਲਾਈ ਜੋ 28 ਤਰੀਕ ਤੱਕ ਜੋ 28 ਮਾਰਚ ਦੀ ਹੋਈ ਉਹਦੇ ਵਿੱਚ ਸਾਡੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਵੀ ਬਹੁਤ ਅੱਛਾ ਰੋਲ ਰਿਹਾ ਪੰਜਾਬ ਗੌਰਮੈਂਟ ਨੇ ਜੋ ਬਾਦਲ ਸਾਹਿਬ ਲੈ ਕੇ ਗਿਆ ਚਲੋ ਜਿਸ ਤਰ੍ਹਾਂ ਵੀ ਮਜਬੂਰ ਇਹ ਯਾਨੀ ਕਿ ਲੋਕ ਲਹਿਰ ਨਹੀਂ ਕੀਤਾ ਅਤੇ ਜੋ ਲੋਕ ਲਹਿਰ ਬਣੀ ਉਹ ਤੁਹਾਡੇ ਕੀ ਖਿਆਲ ਦੇ ਨਾਲ ਕਿ ਬਹੁਤ ਅੱਛੀ ਅਤੇ ਸ਼ਾਂਤੀਪੂਰਵਕ ਰਹੀ ਬਿਲਕੁਲ ਹਾਂਜੀ ਬਿਲਕੁਲ ਇੱਕ ਗੱਲ ਅਸੀਂ ਬੜੀ ਨੋਟ ਕਰਦੇ ਹਾਂ ਕਿ ਜੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਜਾਂ ਕਾਲੀਆਂ ਪੱਗਾਂ ਬੰਨ ਕੇ ਪ੍ਰੋਟੈਸਟ ਕਰਦੇ ਤਾਂ ਉਹ ਗੱਲ ਨਹੀਂ ਸੀ ਬਣਨੀ ਭਾਈ ਰਾਜੋਆਣਾ ਨੇ ਜੋ ਕੇਸਰੀ ਨਿਸ਼ਾਨ ਦੀ ਗੱਲ ਕੀਤੀ ਜੋ ਕੇਸਰੀ ਚੁੰਨੀਆਂ ਅਤੇ ਕੇਸਰੀ ਪੱਗਾਂ ਦੀ ਗੱਲ ਕੀਤੀ ਉਹ ਜਿਹੜੀ ਦੁਨੀਆ ਹੈ ਉਹਨਾਂ ਨੂੰ ਇੱਕ ਵਾਰੀ ਪਤਾ ਲੱਗ ਗਿਆ ਕਿ ਸਿੱਖਾਂ ਦੇ ਵਿੱਚ ਕੇਸਰੀ ਰੰਗ ਦਾ ਕਿੰਨਾ ਮਹੱਤਵ ਹੈ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਇੱਕ ਕੋਈ ਹੋਰ ਕੋਈ ਚੀਜ਼ ਐਡ ਕਰਨੀ ਚਾਹੋਗੇ ਖਾਲੜਾ ਸਾਹਿਬ ਬਾਰੇ ਜਾਂ ਬਲਵੰਤ ਸਿੰਘ ਜੀ ਰਾਜੋਆਣਾ ਵਾਸਤੇ ਬਿਫੋਰ ਆਈ ਸਮ ਅਪ ਐਂਡ ਫਿਨਿਸ਼ ਦਿਸ ਪ੍ਰੋਗਰਾਮ ਹਾਂਜੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਜਦੋਂ ਚੱਕਿਆ ਗਿਆ ਸੀ ਤਾਂ ਸਾਨੂੰ ਇੱਕ ਪਰਿਵਾਰਕ ਤੌਰ 'ਤੇ ਔਰ ਮਾਨਸਿਕ ਤੌਰ 'ਤੇ ਇਹ ਲੱਗਦਾ ਸੀ ਵੀ ਸਾਨੂੰ ਪਰਿਵਾਰਕ ਤੌਰ 'ਤੇ ਬਹੁਤ ਵੱਡਾ ਛਣ ਘਾਟਾ ਪੈ ਗਿਆ ਅਤੇ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਸੋਚਦੀ ਹਾਂ ਕਿ ਮੇਰੇ ਬੱਚੇ ਅਤੇ ਮੈਂ ਅਸੀਂ ਇਹ ਗੱਲ ਨੂੰ ਨਹੀਂ ਸੋਚਦੇ ਅਸੀਂ ਇਹ ਸੋਚਦੇ ਹਾਂ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬੜੀ ਜ਼ਰੂਰੀ ਸੀ ਜੇ ਜਸਵੰਤ ਸਿੰਘ ਦੀ ਕੁਰਬਾਨੀ ਨਾ ਹੁੰਦੀ ਤਾਂ ਅਸੀਂ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਣ ਹੈ ਉਹ ਨਹੀਂ ਬਚਾ ਸਕਦੇ ਸੀ ਦੂਜੀ ਗੱਲ ਜਿਹੜੇ ਮੇਰੇ ਬੱਚੇ ਆ ਉਹ ਅੱਜ ਇਸ ਤਰ੍ਹਾਂ ਮੋਰਲੀ ਫੀਲ ਕਰਦੇ ਆ ਕਿ ਅਸੀਂ ਮਾਣ ਕਰਦੇ ਹਾਂ ਆਪਣੇ ਪਾਪਾ ਦੇ ਕੰਮਾਂ 'ਤੇ ਅਤੇ ਔਰ ਉਹ ਮੈਨੂੰ ਲੱਗਦਾ ਵੀ ਉਹ ਸਮਾਜ 'ਚ ਬਰਾਬਰ ਹੋ ਕੇ ਚੱਲਣ ਦੇ ਹੱਕਦਾਰ ਹੈ ਕਿਉਂਕਿ ਉਹਨਾਂ ਨੇ 8 ਸਾਲ ਦੇ ਅਤੇ 10 ਸਾਲ ਦੀ ਉਮਰ ਤੋਂ ਲੈ ਕੇ ਅੱਜ ਉਹ ਥੋੜ੍ਹੇ ਮੈਚਿਓਰ ਹੋਏ ਆ ਅਤੇ ਗੱਲ ਕਰ ਸਕਦੇ ਆ ਉਹ ਸਿੱਖਾਂ ਦੇ ਵਿੱਚ ਬਹਿ ਕੇ ਗੱਲ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਆਪਣਾ ਸਰੂਪ ਵੀ ਬਚਾਇਆ ਹੋਇਆ ਅਤੇ ਦੂਜੀ ਗੱਲ ਇਹ ਆ ਵੀ ਉਹ ਦਿਮਾਗੀ ਤੌਰ 'ਤੇ ਵੀ ਅਤੇ ਪੜ੍ਹਾਈ ਦੇ ਤੌਰ ਲੈਵਲ 'ਤੇ ਵੀ ਉਹ ਠੀਕ ਆ ਅਤੇ ਮੈਂ ਪੂਰੀ ਸੈਟਿਸਫਾਈਡ ਹਾਂ ਪਰਮਾਤਮਾ ਦੇ ਉਸ ਜਿਹੜਾ ਮੈਨੂੰ ਉਹਨੇ ਇੱਕ ਧੱਕਾ ਵੀ ਲਾਇਆ ਸੀ ਅਤੇ ਮੇਰੀ ਨੌਕਰੀ ਤੱਕ ਚਲੇ ਗਈ ਸੀ ਇੱਕ ਰੋਟੀ ਦੀ ਪ੍ਰੋਬਲਮ ਵੀ ਘਰ ਵਿੱਚ ਕ੍ਰੀਏਟ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਪਰ ਅੱਜ ਮੈਂ ਸੋਚਦੀ ਹਾਂ ਕਿ ਪਰਮਾਤਮਾ ਨੇ ਮੈਨੂੰ ਕੰਪਨਸੇਟ ਕੀਤਾ ਲੋਕ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਲ ਨਾਲ ਮੈਨੂੰ ਵੀ ਸਤਿਕਾਰ ਦਿੰਦੇ ਆ ਔਰ ਬੱਚਿਆਂ ਨੂੰ ਜਦੋਂ ਬੇਟੀ ਗਈ ਸੀ ਤਾਂ ਜਦੋਂ ਪਹਿਲਾ ਫੋਨ ਆਇਆ ਅਤੇ ਮੈਨੂੰ ਇਹ ਕਿਹਾ ਗਿਆ ਵੀ ਅਸੀਂ ਬਹੁਤ ਖੁਸ਼ ਹਾਂ ਕਿ ਪੰਥ ਦੀ ਧੀ ਆਈ ਹੈ ਅਤੇ ਮੈਨੂੰ ਬਹੁਤ ਮਤਲਬ ਕਿ ਇਸ ਨਾਲ ਇੱਕ ਮਾਣ ਅਤੇ ਇੱਕ ਸਬੱਬ ਬਣਿਆ ਵੀ ਮਾਣ ਕਰਨ ਦਾ ਅਤੇ ਜਦੋਂ ਹੁਣ ਬੇਟਾ ਗਿਆ ਹੈ ਅਤੇ ਜਦੋਂ ਬੇਟੇ ਨੂੰ ਅੱਗੋਂ ਸੰਗਤ ਲੈਣ ਆਈ ਤਾਂ ਉਹਨਾਂ ਨੇ ਅੱਗੋਂ ਕਿਹਾ ਵੀ ਸਾਨੂੰ ਲੱਗਿਆ ਵੀ 16 ਸਾਲ ਬਾਅਦ ਖਾਲੜਾ ਆਇਆ ਹੈ ਇਹੀ ਮੇਰੀਆਂ ਪ੍ਰਾਪਤੀਆਂ ਇਹੋ ਹੀ ਮੇਰੇ ਗੁਣ ਹੈ ਅਤੇ ਇਹੋ ਮੇਰੇ ਔਗਣ ਅਤੇ ਮੈਂ ਤੁਹਾਨੂੰ ਮੈਂ ਕੁਛ ਪੁੱਛਾਂਗਾ ਕਿ ਤੁਹਾਨੂੰ ਆਪਣੀ ਕੌਮ ਪ੍ਰਤੀ ਜਿਸ ਤਰ੍ਹਾਂ ਆਮ ਕਈ ਹੁੰਦਾ ਨਾ ਕਿ ਵੀ ਅਫਸੋਸ ਹੁੰਦਾ ਮੈਂ ਆਪਣੇ ਮਾਂ ਬਾਪ ਨੂੰ ਵੀ ਨਹੀਂ ਸਮਝਦੀ ਵੀ ਉਹ ਮੇਰੇ ਠੀਕ ਆ ਉਹਨਾਂ ਨੇ ਮੈਨੂੰ ਜਨਮ ਦਿੱਤਾ ਮੈਂ ਉਹਨਾਂ ਦਾ ਕਦਰ ਕਰਦੀ ਹਾਂ ਪਰ ਜੋ ਸ਼ਹੀਦ ਪਰਿਵਾਰਾਂ ਚੋਂ ਮੈਨੂੰ ਜਿਹੜੀ ਗੱਲ ਲੱਭਦੀ ਹੈ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਜੋ ਮੈਨੂੰ ਆਪਣਾ ਦੁੱਖ ਸੁੱਖ ਮਹਿਸੂਸ ਹੁੰਦਾ ਮੈਨੂੰ ਹੋਰ ਕੁਛ ਲੋੜ ਨਹੀਂ ਰਹੀ ਮੈਨੂੰ ਲੱਗਦਾ ਮੈਂ ਫੁੱਲੀ ਸੈਟਿਸਫਾਈਡ ਹਾਂ ਮੈਨੂੰ ਜ਼ਿੰਦਗੀ 'ਚ ਜੋ ਮਿਲਣਾ ਸੀ ਬਹੁਤ ਹੀ ਪਰਮਾਤਮਾ ਨੇ ਤਰਤੀਬ ਨਾਲ ਦਿੱਤਾ ਠੀਕ ਹੈ ਪਹਿਲਾਂ ਆਪਾਂ ਨੂੰ ਹੌਲੀ ਹੌਲੀ ਹੁਣ ਮੇਰਾ ਜਿਹੜਾ ਮਨ ਹੈ ਬਹੁਤ ਤਸੱਲੀ ਵਾਲਾ ਅਤੇ ਮੈਨੂੰ ਲੱਗਦਾ ਵੀ ਇਹ ਜਿਹੜੀ ਅਗਲੀ ਕੰਪੇਨ ਹੈ ਮੇਰੇ ਤੋਂ ਬਾਅਦ ਮੇਰੇ ਬੱਚੇ ਜ਼ਰੂਰ ਚਲਾਉਣ
ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨੇ, ਮੈਂ ਫਿਰ ਇੱਕ ਵਾਰੀ ਉਧਰਲੇ ਪਾਸੇ ਆਵਾਂਗਾ, ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਸਮੂਹ ਸਿੱਖਾਂ ਨੂੰ ਜਾਂ ਸਮੂਹ ਜਥੇਬੰਦੀਆਂ ਨੂੰ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਾ ਕਰ ਦਿੱਤਾ। ਉਹਨਾਂ ਨੇ ਇਹ ਵੀ ਮੈਸੇਜ ਦਿੱਤਾ ਕਿ ਜੋ ਵੀ ਹੋਵੇ ਸ਼ਾਂਤਮਈ ਹੋਵੇ, ਸ਼ਾਂਤਮਈ ਪ੍ਰੋਟੈਸਟ ਵੀ ਹੋਏ, ਪਰ ਫਿਰ ਕਿਤੇ ਜਾ ਕੇ ਉਹੀ ਮਨਿਓਰਿਟੀ ਤੇ ਮੈਜੋਰਟੀ ਲਈ ਵੱਖਰਾ ਕਾਨੂੰਨ ਕਹਿ ਲਓ। ਗੁਰਦਾਸਪੁਰ ਦੇ ਵਿੱਚ ਸਿੰਘਾਂ ਦੇ ਸਿੱਧੀਆਂ ਗੋਲੀਆਂ ਚਲਾਈ ਗਈਆਂ, ਸਿੰਘਾਂ ਦੇ ਵੀ ਕੀ ਹੋਏ, ਇੱਕ ਤਰ੍ਹਾਂ ਦੇ ਸਟੂਡੈਂਟ ਸੀਗੇ, 17 ਸਾਲ ਦਾ ਇੱਕ ਸਿੰਘ ਸ਼ਹੀਦ ਹੋ ਗਿਆ, ਦੂਸਰਾ ਅਜੇ ਵੀ ਹਸਪੀਟਲ ਦੇ ਵਿੱਚ ਕਾਫੀ ਮੰਦੀ ਹਾਲਤ ਦੇ ਵਿੱਚ ਹੈ। ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਮਤਲਬ ਇਹ ਸਿੱਖਾਂ ਨਾਲ ਇਸ ਤਰ੍ਹਾਂ ਦਾ ਕਿਉਂ ਹੋ ਰਿਹਾ, ਕੀ ਰੀਜ਼ਨ ਹੈ ਇਹਦੇ ਪਿੱਛੇ? ਇਹ ਵੇਖੋ ਜੀ, ਅਸੀਂ ਘੱਟ ਗਿਣਤੀ ਦੇ ਵਿੱਚ ਹਾਂ, ਤੇ ਦੂਜੀ ਗੱਲ ਇਹ ਹੈ ਵੀ ਕੁਝ ਸ਼ਰਾਰਤੀ ਅਨਸਰ ਵੀ ਇਹੋ ਜਿਹੇ ਹੁੰਦੇ ਆ। ਭਾਈ ਰਾਜੋਆਣਾ ਨੇ ਬਹੁਤ ਸੋਹਣੀ ਅਪੀਲ ਕੀਤੀ ਹੈ ਵੀ ਕਿਤੇ ਵੀ ਅਸੀਂ ਬਹੁਤ ਨੁਕਸਾਨ ਕਰਾ ਲਿਆ। ਮੈਂ ਵੀ ਐਜ਼ ਏ ਹਿਊਮਨ ਰਾਈਟਸ ਦੇ ਪਲੇਟਫਾਰਮ ਤੋਂ ਜੇ ਗੱਲ ਕਰਾਂ ਜਾਂ ਜਸਵੰਤ ਸਿੰਘ ਹਾਲੜਾ ਦੇ ਪਲੇਟਫਾਰਮ ਤੋਂ ਗੱਲ ਕਰਾਂ, ਤੇ ਸਾਨੂੰ ਵੀ ਲੱਗਦਾ ਹੈ ਵੀ ਕੌਮ ਦਾ ਇੰਨਾ ਨੁਕਸਾਨ ਹੋਇਆ ਤੇ ਪ੍ਰਾਪਤੀ ਨਹੀਂ ਹੋਈ। ਈਵਨ ਸਾਡੀ ਸਿੱਖ ਕੌਮ ਹਾਲੇ ਤੱਕ ਉਹਨਾਂ ਸ਼ਹੀਦਾਂ ਦੀ ਗਿਣਤੀ ਨਹੀਂ ਕਰ ਸਕੀ ਵੀ ਪੰਜਾਬ ਦੇ ਵਿੱਚ ਕਿੰਨੇ ਲੋਕ ਜਿਹੜੇ ਆ ਉਹ ਡਿਸਪੀਅਰ ਹੋਏ ਆ, ਤੇ ਮੁਆਵਜ਼ਾ ਦੇਣ ਦੀ ਜਾਂ ਉਹਨਾਂ ਨੂੰ ਕੰਪਨਸੇਟ ਕਰਨ ਦੀ ਜਾਂ ਉਹਨਾਂ ਨਾਲ ਹਮਦਰਦੀ ਕਰਨ ਵਾਲੀ ਗੱਲ ਬਹੁਤ ਦੂਰ ਦੀ ਆ। ਜਿਹੜੀਆਂ ਸਾਡੀਆਂ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੂੰ ਲਓ ਜਾਂ ਬਾਦਲ ਜਿਹੜਾ ਸਾਡੇ 'ਤੇ 2 ਵਾਰੀ ਪਹਿਲਾਂ ਲਗਾਤਾਰ ਰਾਜ ਕਰ ਗਿਆ, ਹੁਣ ਫਿਰ ਆ ਗਿਆ, ਉਹ ਇਹ ਗੱਲ ਸੁਣਨ ਨੂੰ ਜਾਂ ਮੰਨਣ ਨੂੰ ਹੀ ਤਿਆਰ ਨਹੀਂ ਹੈਗਾ ਪੰਜਾਬ ਦੇ ਵਿੱਚ ਜੋ ਕੁਛ ਵੀ ਹੋਇਆ। ਠੀਕ, ਥੈਂਕ ਯੂ। ਇੱਕ ਇਹਦੇ ਨਾਲ ਕੁਸ਼ਚਨ ਵੀ ਇੱਕ ਹੋਰ ਰਹਿ ਗਿਆ ਕਿ ਭਾਅ ਜੀ ਤੁਸੀਂ ਮੈਨਸ਼ਨ ਕੀਤਾ ਸੀ ਸਮਝੌਤੇ ਦਾ ਕਿ ਗੌਰਮੈਂਟ ਕਹਿ ਰਹੀ ਸੀ ਵੀ ਸਾਡੇ ਨਾਲ ਖਾਲੜਾ ਸਾਹਿਬ ਨੂੰ ਵੀ, ਅਤੇ ਪਹਿਲਾਂ ਤੁਸੀਂ ਇਹ ਵੀ ਮੈਨੂੰ ਦੱਸਿਆ 2 ਮਿੰਟ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਮੇਰੇ ਨਾਲ ਵੀ ਸਮਝੌਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਹਦੇ ਬਾਰੇ ਸਾਡੇ ਵਿਊਅਰਸ ਨੂੰ ਪਲੀਜ਼ ਦੱਸੋਗੇ? ਹਾਂਜੀ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਕੇਸ ਇਹ ਇੱਕ ਕੇਸ ਨਹੀਂ ਹੈ, ਸਗੋਂ ਸਾਰੇ ਸਮੁੱਚੀ ਪੰਜਾਬ ਦਾ ਕੇਸ ਹੈ। ਇਹਦੇ ਵਿੱਚ ਜਦੋਂ ਅਸੀਂ ਇਹ ਸਟੈਂਡ ਲਿਆ ਕਿ ਕੇਸ ਨੂੰ ਕੋਰਟ ਦੇ ਵਿੱਚ ਲਿਜਾਇਆ ਜਾਵੇ, ਤਾਂ ਇਹਦੇ ਵਿੱਚ ਬੜੇ ਉਤਰਾਅ ਚੜਾਅ ਆਏ ਕੇਸ ਦੇ ਵਿੱਚ, ਕਿਉਂਕਿ ਗਵਾਹਾਂ ਨੂੰ ਜਿਹੜਾ ਗਵਾਹੀਆਂ ਕਰਾਉਣੀਆਂ ਇਹ ਕੇਸ ਦੇ ਵਿੱਚ ਇੱਕ ਵੱਡੀ ਸਾਰੀ ਗੱਲ ਹੁੰਦੀ ਹੈ। ਤੁਸੀਂ ਮੰਨਣਾ ਨਹੀਂ, ਇਸ ਕੇਸ ਦੇ ਵਿੱਚ ਕੋਈ ਵੀ ਗਵਾਹ ਨਹੀਂ ਬਚਿਆ ਜਿਹਦੇ ਵਿੱਚ ਕੇਸ ਦਰਜ ਨਾ ਹੋਏ ਹੋਵੇ, ਜਿਹੜੇ ਗਵਾਹ 'ਤੇ ਕੇਸ ਦਰਜ ਨਾ ਹੋਇਆ, ਰੇਪ ਕੇਸ ਦਰਜ ਹੋਏ, ਮੇਰੇ 'ਤੇ ਕੇਸ ਦਰਜ ਹੋਇਆ, ਜਿੰਨੇ ਵੀ ਸਾਡੇ ਗਵਾਹ ਆਏ, ਮਤਲਬ ਕਿ ਉਹਨਾਂ ਨੂੰ ਬਹੁਤ ਲੰਬੀ ਜਿਹੜੀ ਅਸੀਂ ਸਮਝਦੇ ਹਾਂ ਵੀ ਬਹੁਤ ਹੀ ਸਾਨੂੰ ਮਿਹਨਤ ਕਰਨੀ ਪਈ ਤਾਂ ਇਹ ਕੇਸ ਜਾ ਕੇ ਜਿਹੜਾ ਸਿਰੇ ਲੱਗਿਆ, ਅਤੇ ਹੁਣ ਵੀ ਸਾਨੂੰ ਲੱਗਦਾ ਵੀ ਇਸ ਕੇਸ ਦੇ ਵਿੱਚ ਜੇ 5-7 ਕੇਸ ਇਹੋ ਜਿਹੇ ਹੋਰ ਪੰਜਾਬ ਦੇ ਵਿੱਚ ਲੜੇ ਜਾਣ। ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਵੀ ਜਿਵੇਂ ਨਵੇਂ ਨਵੇਂ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਸਟੇਟ ਦੀ ਹਮੇਸ਼ਾ ਟੱਕਰ ਰਹਿਣੀ ਹੈ, ਸਟੇਟ ਦੀ ਹਿਊਮਨ ਰਾਈਟਸ ਦੇ ਨਾਲ ਹਮੇਸ਼ਾ ਟੱਕਰ ਰਹਿਣੀ ਹੈ। 2 ਉਦਾਹਰਨਾਂ ਮੈਂ ਤੁਹਾਨੂੰ ਦਿੰਦੀ ਹਾਂ, ਭਾਈ ਸੋਹਣਜੀਤ ਸਿੰਘ, ਅੱਛਾ ਜੀ, ਸਮਝੌਤੇ ਦੀ ਗੱਲ ਤੋਂ ਮੈਂ ਪਾਸੇ ਨਹੀਂ ਹੋਣਾ ਚਾਹੁੰਦੀ, ਕਿਉਂਕਿ ਜਦੋਂ ਮੈਂ ਜੋਬ ਵੀ ਕਰਦੀ ਸੀ ਤੇ ਜੋਬ ਦੇ ਵਿੱਚ ਮੈਨੂੰ ਕੇਸ ਦੇ ਨਾਲ ਵੀ ਸੰਬੰਧ ਰੱਖਣਾ ਪੈਂਦਾ ਸੀ, ਔਰ ਸਿੱਧੇ ਬੰਦੇ ਜਿਹੜੇ ਆ ਉਹ ਏਜੰਸੀਆਂ ਦੇ ਕਹੋ ਜਾਂ ਸਰਕਾਰ ਦੇ ਕਹੋ, ਜਿਹੜੇ ਉਹ ਕਹਿੰਦੇ ਸੀ ਵੀ ਤੁਸੀਂ ਕਰੋੜਾਂ ਦੇ ਲੋਨ ਲੈ ਲਓ ਤੇ ਮੁੜ ਕੇ ਮੁੱਕਰ ਜਾਇਓ, ਅਸੀਂ ਕਦੋਂ ਮੰਗਦੇ ਹਾਂ ਤੁਹਾਡੇ ਕੋਲੋਂ, ਪਰ ਕੇਸ ਨਾ ਲਓ। ਤੁਸੀਂ ਮੇਰੀ ਨੌਕਰੀ ਜਾਂਦੀ ਰਹੀ, ਜੇ ਮੈਂ ਨੌਕਰੀ ਦੁਆਰਾ ਅਪਰੋਚ ਕੀਤੀ ਤਾਂ ਉਹਨਾਂ ਨੇ ਕਿਹਾ ਤੁਸੀਂ ਨੌਕਰੀ ਤੋਂ ਕੀ ਲੈਣਾ, ਤੁਸੀਂ ਚੇਅਰਮੈਨੀਆਂ ਲਓ। ਤਾਂ ਮਤਲਬ ਹਰ ਤਰ੍ਹਾਂ ਦੇ, ਫਿਰ ਇੱਥੋਂ ਤੱਕ ਮੈਂ ਜਿਹੜੀ ਗੱਲ ਹੈ ਕਦੇ ਵੀ ਕਿਸੇ ਨਾਲੇ ਸਾਂਝੀ ਨਹੀਂ ਕੀਤੀ, ਆਪਣੇ ਬੱਚਿਆਂ ਨਾਲ ਵੀ ਨਹੀਂ ਕੀਤੀ, ਔਰ ਈਵਨ ਇਹ ਗੱਲ ਵੀ ਆਈ ਕਿ ਤੁਹਾਡਾ ਬੱਚਾ ਸਾਈਕਲ 'ਤੇ ਪੜ੍ਹਨ ਜਾਂਦਾ, ਇਸ ਗੱਲ ਨੂੰ ਵੀ ਯਾਦ ਰੱਖੋ। ਮੈਂ ਇਸ ਗੱਲ ਨੂੰ ਸਮਝਦੀ ਸੀ ਵੀ ਇਹਦਾ ਕੀ ਮਤਲਬ, ਇਹ ਗੱਲ ਵੀ ਮਤਲਬ ਸਾਡੇ ਕੋਲ ਆਈ ਵੀ ਭੈਣ ਜੀ, ਬੰਦੇ ਤਾਂ ਐਂ ਤਾਂ ਹੁੰਦਾ ਨਹੀਂ ਵੀ ਡਾਇਰੈਕਟ ਆ ਕੇ ਸਾਨੂੰ ਗੱਲ ਕਹਿਣੀ, ਗੱਲ ਤਾਂ ਵਾਇਆ ਹੀ ਆਉਂਦੀ ਹੈ ਕਿਸੇ ਤਰੀਕੇ ਨਾਲ, ਔਰ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡਾ ਮੁੰਡਾ, ਤੁਹਾਨੂੰ ਪਤਾ ਹੈ ਵੀ ਸਾਈਕਲ 'ਤੇ ਪੜ੍ਹਨ ਜਾਂਦਾ, ਇੱਥੋਂ ਤੱਕ ਗੱਲ ਗਈ ਵੀ ਬੱਚਿਆਂ ਨੂੰ ਸਕੂਲ ਨਾ ਭੇਜਿਆ ਜਾਵੇ, ਪਰ ਪਤਾ ਨਹੀਂ ਪਰਮਾਤਮਾ ਨੇ ਬਲ ਦਿੱਤਾ, ਇੰਨਾ ਬਲ ਦਿੱਤਾ ਕਿ ਮੈਂ ਇਹ ਕੰਮ ਕਦੇ ਨਹੀਂ ਕੀਤਾ। ਇੱਕ ਗੱਲ ਬੜੀ ਜ਼ਰੂਰੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ 1/2 ਘੰਟਾ ਘਰੋਂ ਜਾਣ ਤੋਂ ਪਹਿਲਾਂ 6 ਸਤੰਬਰ ਨੂੰ ਇੱਥੇ ਘਰ ਦੇ ਵਿੱਚ ਸਾਡੇ ਇੱਕ ਅਨਾਰ ਦਾ ਬੂਟਾ ਹੁੰਦਾ ਸੀ, ਉਹਨੂੰ ਪਾਣੀ ਲਾਉਂਦੇ ਲਾਉਂਦੇ ਪਾਈਪ ਸੁੱਟ ਕੇ ਰਸੋਈ 'ਚ ਆਏ ਆ, ਔਰ ਮੈਨੂੰ ਉਹਨਾਂ ਨੇ ਕਿਹਾ ਹੈ ਵੀ ਤੂੰ ਬੱਚੇ ਤਾਂ ਪੜ੍ਹਾ ਲਏਂਗੀ 1/2 ਘੰਟਾ ਪਹਿਲਾਂ, ਔਰ ਮੈਂ ਕਮਿਟ ਹਾਂ ਇਸ ਗੱਲ 'ਤੇ, ਅੱਜ ਮੈਂ ਜੇ ਚਾਹੁੰਦੀ ਤਾਂ ਮੈਂ ਆਪਣੇ ਬੱਚਿਆਂ ਨੂੰ, ਮੇਰੇ ਇੱਥੋਂ ਤੱਕ ਵੀ ਗੱਲ ਆਈ ਵੀ ਤੁਸੀਂ ਬੱਚਿਆਂ ਨੂੰ ਇੱਥੇ ਕਿਉਂ ਰੋਲ ਕੇ ਪੜ੍ਹਾਉਂਦੇ ਜੇ, ਤੁਸੀਂ ਬੱਚਿਆਂ ਨੂੰ ਡਲਹੌਜ਼ੀ ਪਾ ਦਿਓ, ਤੁਸੀਂ ਬੱਚਿਆਂ ਨੂੰ ਕਿਤੇ ਹੋਰ ਚੰਗੇ ਥਾਂ ਪਾ ਦਿਓ, ਪਰ ਮੈਂ ਇਹ ਨਹੀਂ ਕੀਤਾ।
ਕਿਉਂਕਿ ਮੈਂ ਆਪਣੇ ਬੱਚਿਆਂ ਦੀ ਮੈਨੂੰ ਮੋਰਲ ਸਪੋਰਟ ਸੀ ਜਾਂ ਉਹਨਾਂ ਨੂੰ ਮੇਰੀ ਲੋੜ ਸੀ, ਮੈਂ ਕੇਸ ਵੀ ਲੜਿਆ, ਆਪਣੇ ਬੱਚੇ ਵੀ ਸਾਂਭੇ, ਔਰ ਹੁਣ ਮੈਂ ਸਮਝਦੀ ਹਾਂ ਮੈਂ ਆਪਣੇ ਮੈਨੂੰ ਹੁਣ ਮੇਰੀ ਪ੍ਰਾਪਤੀ ਕੀ ਹੈ, ਮੈਨੂੰ ਆਪਣੇ ਬੱਚਿਆਂ ਦੇ ਕੋਲ ਰੱਖਣ ਦਾ ਇਹ ਫਾਇਦਾ ਹੋਇਆ ਕਿ ਮੈਂ ਜੋ ਬੱਚਿਆਂ ਨੂੰ ਬਣਾਉਣਾ ਚਾਹੁੰਦੀ ਸੀ ਉਹ। ਅਤੇ ਅਖੀਰ 'ਤੇ ਤੁਸੀਂ, ਮੈਂ ਇੱਕ ਵਾਰ ਫਿਰ ਆ ਜਾਣਾ ਭਾਈ ਬਲਵੰਤ ਸਿੰਘ ਜੀ ਰਾਜਣਾ, ਤੁਸੀਂ ਸਮੂਹ ਸਿੱਖ ਕੌਮ ਨੂੰ ਕੀ ਮੈਸੇਜ ਜਾਂ ਸੰਦੇਸ਼ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਆਪਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਲੀਜ਼ ਕਰਾ ਸਕਦੇ ਹਾਂ? ਦੇਖੋ ਜੀ, ਭਾਈ ਰਾਜੋਆਣਾ ਨੇ ਜੋ ਸਟੈਂਡ ਲਿਆ ਉਹ ਬਹੁਤ ਹੀ ਇਤਿਹਾਸਿਕ ਹੈ, ਔਰ ਅਸੀਂ ਕਹਿ ਸਕਦੇ ਹਾਂ ਵੀ ਉਹਦਾ ਸਟੈਂਡ 100% ਸਹੀ ਹੈ, 100 ਤੋਂ ਵੀ 200% ਸਹੀ ਹੈ। ਪਰ ਸਾਡਾ ਸਿੱਖਾਂ ਦਾ ਇਹ ਇੱਕ ਗੁਰੂ ਦੇ ਸਿੰਘ ਹੁੰਦਿਆਂ ਸਾਡਾ ਵੀ ਇੱਕ ਕੌਮੀ ਕਾਰਜ ਬਣਦਾ ਹੈ ਕਿ ਅਸੀਂ ਇਹੋ ਜਿਹਾ ਇੱਕ ਜਿਹੜਾ ਅਸੀਂ ਪੜ੍ਹੇ ਲਿਖੇ ਹਾਂ, ਗਲੋਬਲ ਹੈ, ਸਾਰੀ ਦੁਨੀਆ ਦੇ ਵਿੱਚ ਸਿੱਖ ਫੈਲੇ ਹੋਏ ਆ, ਔਰ ਆਪਣੀਆਂ ਆਪਣੀਆਂ ਸਰਕਾਰਾਂ 'ਤੇ ਦਬਾਅ ਬਣਾ ਕੇ ਹਿਊਮਨ ਰਾਈਟਸ ਜਿੰਨੇ ਵੀ ਵਿੰਗ ਹੈਗੇ ਆ, ਜਿੰਨੇ ਵੀ ਲੋਕ ਹੈਗੇ ਆ, ਉਹ ਰਾਜੋਆਣਾ ਨੂੰ ਬਚਾਉਣ, ਔਰ ਬਚਾਉਣ ਇਸ ਪਲੀ 'ਤੇ ਕਿ ਜ਼ੁਲਮ ਨੂੰ ਖਤਮ ਕਰਨ ਦੇ ਲਈ ਜ਼ੁਲਮ ਕੀਤਾ ਗਿਆ ਉਹ ਕਮਿਟ ਕਰਦਾ, ਅਤੇ ਉਹਦੀ ਇੱਕ ਇੱਕ ਬੰਦੇ ਨੂੰ ਫਾਂਸੀ ਚੜ੍ਹਾਇਆ ਜਿਹੜਾ ਉਹ ਜ਼ੁਲਮ ਹੈ, ਉਹਦੇ ਤੋਂ ਪਰਦਾ ਨਹੀਂ ਪਾਇਆ ਜਾ ਸਕਦਾ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਵੀ ਕਿਹਾ ਸੀ ਵੀ ਸਾਡੀ ਮੇਰੀ ਲਾਸ਼ ਨੂੰ ਵੀ ਲਾਵਾਰਸ ਕਰਕੇ ਤੁਸੀਂ ਇਹਨਾਂ ਲਾਸ਼ਾਂ 'ਤੇ ਪਰਦਾ ਨਹੀਂ ਪਾ ਸਕਦੇ, ਹੈਡਿੰਗ ਲੱਗਾ ਸੀਗਾ ਅਖਬਾਰ ਦੇ ਵਿੱਚ, ਅਤੇ ਇਹ ਮੇਰੇ ਕੋਲ ਸਾਰਾ ਰਿਕਾਰਡ ਆਲਰੇਡੀ ਹੈਗਾ। ਅਤੇ ਪਰ ਇਹ ਗੱਲ ਹੈ ਵੀ ਭਾਈ ਰਾਜੋਆਣਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਬੜਾ ਅਹਿਮ ਬੰਦਾ, ਔਰ ਉਹਦਾ ਜਿਹੜਾ ਸਟੈਂਡ ਹੈ ਉਹ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਸਿੱਖ ਸੀ ਉਹਨਾਂ ਵਾਲਾ ਸਟੈਂਡ ਹੈ, ਅਤੇ ਅਸੀਂ ਉਹਦੀ ਚੜ੍ਹਦੀ ਕਲਾ ਦੇ ਲਈ ਅਤੇ ਉਹਦੀ ਜੋ ਵੀ ਉਹਨੇ ਸਟੈਂਡ ਲਿਆ ਉਹਦੇ ਨਾਲ ਹਮੇਸ਼ਾ ਖੜੇ। ਥੈਂਕ ਯੂ ਭੈਣ ਜੀ। ਜਿਹੜੀਆਂ ਅਸੀਂ 16 ਸਾਲ ਜਮ੍ਹਾਂ ਕੀਤੀਆਂ ਅਤੇ ਉਹਦੇ ਵਿੱਚ ਜਾਣੀ ਖਾਲੜਾ ਕੇਸ ਸਾਰਾ ਕੁਛ ਆਉਂਦਾ, ਅਤੇ 2 ਟਰੰਕ ਸਾਡੇ ਕੋਲ ਖਾਲੜਾ ਕੇਸ ਦੀ ਜੋ ਜੱਜਮੈਂਟ ਹੈ ਉਹ ਵੀ ਹੈ, ਬਹੁਤ ਲੰਮਾ ਚੌੜਾ 16 ਸਾਲ ਕੇਸ ਦਾ ਚੱਲਣਾ ਰਹੀ ਹੈ ਜੱਜਮੈਂਟ ਸਾਨੂੰ, ਉਹ ਮਤਲਬ ਹੁਣ ਤਾਂ ਬੜਾ ਦੁਨੀਆ ਜਿਹੜੀ ਗਾਂਹ ਦੀ ਗਾਂਹ ਲੰਘ ਗਿਆ, ਹੁਣ ਤਾਂ ਇੱਕ ਉਹ ਲੈ ਕੇ ਆਪਾਂ ਛੋਟੀ ਜਿਹੀ ਕੀ ਹੁੰਦੀ ਆ ਜਿਹਦੇ ਵਿੱਚ ਆਪਾਂ ਸਾਰਾ ਕੁਛ ਪਾ ਸਕਦੇ ਹਾਂ, ਹਾਂਜੀ ਇੰਟਰਨੈਟ 'ਤੇ ਜੋ ਕੁਛ ਮਰਜ਼ੀ, ਬਹੁਤ ਕੁਛ ਖਾਲੜਾ ਕੇਸ ਦੇ ਵਿੱਚ ਬਹੁਤ ਕੁਛ ਇੰਟਰਨੈਟ 'ਤੇ ਵੀ ਹੈਗਾ, ਅਤੇ ਹੁਣ ਬੱਚੇ ਆ ਜਿਹੜਾ ਇਸ ਕੰਮ ਨੂੰ ਮੇਰਾ ਖਿਆਲ ਅੱਗੇ ਵਧਾਉਣਗੇ, ਉਹ ਚਾਹੁੰਦੇ ਆ ਵੀ ਅਸੀਂ ਜਿੱਥੋਂ ਵੀ ਸਾਨੂੰ ਕੋਈ ਕਲੂ ਲੱਭਦਾ ਹੈ ਖਾਲੜਾ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਪਰਿਵਾਰਕ ਤੌਰ 'ਤੇ ਵੀ ਹਰ ਗੱਲ ਨੂੰ ਅਸੀਂ ਅੱਗੇ ਲਿਆਏ। ਫਿਰ ਇਹ ਹਰ ਜਿਹੜੀ ਸਾਡੀ ਸਟੇਟਮੈਂਟ ਹੈ ਨਾ ਕੋਰਟ ਦੀ, ਇਹ UN ਨੂੰ ਕਾਪੀ ਫਾਰਵਰਡ ਕਰਦੇ, ਮਤਲਬ ਖਾਲੜਾ ਕੇਸ ਸਾਡੇ ਘਰ 'ਚ ਹੀ ਨਹੀਂ ਆ, ਹੁਣ ਇਹ ਇੰਟਰਨੈਸ਼ਨਲ ਲੈਵਲ ਦਾ ਇਹਦਾ ਸਟੈਂਡਰਡ ਹੋ ਗਿਆ ਕਿਉਂਕਿ UN ਨੂੰ ਇਹ ਜਵਾਬ ਦੇ ਆ, ਉਹਨਾਂ ਨੇ ਇਹਨੂੰ ਐਜ ਏ ਟੈਸਟ ਕੇਸ ਬਾਚ ਕਰਦੇ। ਥੈਂਕ ਯੂ ਭੈਣ ਜੀ। ਇਸ ਸਨ ਸਾਡੇ ਭੈਣ ਜੀ ਪਰਮਜੀਤ ਕੌਰ ਜੀ ਖਾਲੜਾ, ਜਿਨ੍ਹਾਂ ਦੀ ਸਤਸੰਗ ਜੀ ਆਪ ਜੀ ਨੇ ਸਿੱਖ ਚੈਨਲ ਦੇ ਮੀਡੀਆ ਦੇ ਥਰੂ ਆਪ ਜੀ ਨੇ ਇਹ ਜੋ ਵਾਰਤਾ ਸਾਰੀ ਸੁਣੀ ਹੈ। ਤਾਂ ਸਮਾਪਤ ਕਰਨ ਤੋਂ ਪਹਿਲਾਂ ਮੈਂ ਇੱਕ ਮਸਤੇ ਜਗਜੀਤ ਸਿੰਘ ਨੂੰ ਦਾ ਹੁਕਮ ਹੋਇਆ ਕਿ ਆਪਾਂ ਹੁਣ ਸਮਾਪਤ ਵੀ ਕਰਾਂਗੇ, ਅਤੇ ਸਤਸੰਗ ਜੀ ਆਪ ਜੀ ਨੂੰ ਦੱਸਿਆ ਜਾਵੇ, ਆਪ ਜੀ ਨੇ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਖਾਲੜਾ ਜੀ ਤੋਂ ਸਾਰਾ ਕੁਛ ਸੁਣ ਲਿਆ, ਉਹਨਾਂ ਨੇ ਆਪਣਾ ਸਾਰਾ ਕੁਛ ਗੁਆਇਆ, ਸਾਰਾ ਕੁਛ ਦਾ ਮਤਲਬ ਕਿ ਆਪਣੇ ਪਤੀ ਗੁਆਏ, ਕਰੋੜਾਂ ਰੁਪਇਆਂ ਦਾ ਇਹਨਾਂ ਨੂੰ ਲਾਲਚ ਵੀ ਹੋਇਆ, ਚੇਅਰਮੈਨਸ਼ਿਪ ਵੀ ਮਿਲੀਆਂ ਦੀ ਕੋਸ਼ਿਸ਼ ਕੀਤੀ ਗਈ, ਡਰਾਵਾ ਵੀ ਦਿੱਤਾ ਗਿਆ ਕਿ ਤੁਹਾਡੇ ਬੱਚੇ ਸਾਈਕਲ 'ਤੇ ਸਕੂਲ ਜਾਂਦੇ ਹਨ, ਤਾਂ ਭੈਣ ਜੀ ਹੋਰਾਂ ਨੇ ਬੜੀ ਦਲੇਰੀ ਦਿਖਾਉਂਦੇ ਹੋਏ, ਜਿਸ ਤਰ੍ਹਾਂ ਕਿ ਦਲੇਰੀ ਸਾਡੇ ਵੀਰ ਸਤਿਕਾਰਯੋਗ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਦਿਖਾਈ, ਅਤੇ ਕੌਮ ਦੇ ਲਈ ਕੌਮ ਨੂੰ ਸਮਰਪਿਤ ਹੁੰਦੇ ਹੋਏ, ਅਕਾਲ ਤਖ਼ਤ ਨੂੰ ਸਮਰਪਿਤ ਹੁੰਦੇ ਹੋਏ ਕੌਮ ਦੇ ਲਈ ਜੋ ਕੁਛ ਕੀਤਾ, ਆਪ ਜੀ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਗਈ। ਨਾਲ ਭੈਣ ਜੀ ਨੇ ਜੋ ਜੰਗਲ ਰਾਜ ਦੀ ਗੱਲ ਕੀਤੀ, ਫਿਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਖਾਲੜਾ ਸਾਹਿਬ ਨੇ ਕਿਹਾ ਸੀ ਅਪੀਲ ਨਹੀਂ ਕਰਨੀ, ਕੋਈ ਅਸੀਂ ਦਲੀਲ ਨਹੀਂ ਕਰਨੀ, ਅਤੇ ਨਾਲ ਇਹ ਵੀ ਕਿਹਾ ਕਿ ਅਸੀਂ ਕੋਈ ਭੀਖ ਨਹੀਂ ਮੰਗਣੀ ਉਹਨਾਂ ਤੋਂ, ਜਿਹੜੀ ਕਿ ਦਾਸ ਜਿੱਥੇ ਆਉਣਾ ਚਾਹੁੰਦਾ ਹੈ ਕਿ ਬਲਵੰਤ ਸਿੰਘ ਰਾਜੋਆਣਾ
ਦੇ ਨਾਲ ਬਹੁਤ ਹੀ ਕੇਸ ਮੈਚ ਕਰਦਾ ਤੇ ਜੋ ਬਲਵੰਤ ਸਿੰਘ ਰਾਜੂਆ ਦੇ ਨਾਲ ਹੋਇਆ ਦੇਖੋ ਸਤ ਸੰਗਤ ਜੀ ਇੱਕ ਜਸਵੰਤ ਸਿੰਘ ਜੀ ਖਾਲੜ ਦੇ ਕੇਸ ਵਿੱਚ ਪੰਜ ਬੰਦੇ ਜਿਹੜੇ ਹਾਈ ਕੋਰਟ ਨੇ ਕਿਲਰ ਮੰਨੇ ਗਏ ਤੇ ਉਹ ਸਜ਼ਾ ਦਿੱਤੀ ਉਮਰ ਕੈਦ ਦੀ ਜਾਂ 7 ਸਾਲ ਦੀ ਪਹਿਲਾਂ ਫਿਰ ਉਮਰ ਕੈਦ ਦੀ ਤੇ ਉੱਥੇ ਵੀ ਕੋਰਟ ਨੇ ਇਹ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਸਿਰਫ ਉਮਰ ਕੈਦ ਦੀ ਸਜ਼ਾ ਸੁਣਾਈ ਜਿਹੜੀ ਕਿ 14 ਸਾਲ ਦੀ ਆ ਉਹ 7 ਸਾਲ ਭੁਗਤ ਕੇ ਉਹ ਬਾਹਰ ਆ ਜਾਣਗੇ ਕੁਛ ਦੀ ਡੈਥ ਹੋ ਚੁੱਕੀ ਹੈ ਇੱਕ ਦਿਨੀ ਸੁਸਾਈਡ ਕਮਿਟ ਕਰ ਲਈ ਆ ਤੇ ਉਹ ਉਹ ਹੋ ਗਿਆ ਪਰ ਦੱਸਣਾ ਕੀ ਚਾਹੁੰਦੇ ਹਾਂ ਸਤ ਸੰਗਤ ਜੀ ਇਹ ਜੋ ਹਿੰਦੁਸਤਾਨ ਦੀ ਸਰਕਾਰ ਆਪਣੇ ਨਾਲ ਜ਼ੁਲਮ ਕੀਤਾ ਇਹ ਸਿਰਫ ਸਿੱਖਾਂ 'ਤੇ ਕਿ ਉਹ ਜਿਹੜੇ ਪੁਲਿਸਮੈਨਾਂ ਨੂੰ ਉਦੋਂ ਉਸ ਟਾਈਮ ਜੇ ਨਹੀਂ ਫਾਂਸੀ ਦੀ ਸਜ਼ਾ ਸੁਣਾਈ ਤਾਂ ਕਿਉਂ ਸਾਡੇ ਸਤਿਕਾਰਯੋਗ ਵੀਰ ਬਲਵੰਤ ਸਿੰਘ ਰਾਜੂਆਣਾ ਜੋ ਕਿ ਇੱਕ ਕੌਮ ਦਾ ਯੋਧਾ ਸੀ ਜਿਹਨੇ ਜੰਗਲ ਰਾਜ ਖਤਮ ਕੀਤਾ ਅਤੇ ਉਹਨੂੰ ਫਿਰ ਹੁਣ 17 ਸਾਲ ਬਾਅਦ ਇੱਕੋ ਦਮ ਦੱਸਿਆ ਗਿਆ ਕਿ 31 ਮਾਰਚ ਨੂੰ ਜੋ ਫਾਂਸੀ ਹੋਣੀ ਹੈ ਜੋ ਭੈਣ ਜੀ ਨੇ ਦੱਸਿਆ ਕਿ ਇਹ ਟਾਲੀ ਗਈ ਹੈ ਅਤੇ ਇਹ ਸੰਗਤਾਂ ਨੂੰ ਆਪ ਜੀ ਨੂੰ ਪਤਾ ਲੱਗ ਹੀ ਗਿਆ ਕਿ ਇਹ ਸਟੇ ਮਿਲ ਚੁੱਕਾ ਹੈ ਕਿ ਨਾਲ ਹੀ ਭੈਣ ਜੀ ਨੇ ਆਪਣੀ ਵਿਸ਼ ਵੀ ਅਤੇ ਸਿੱਖ ਕੌਮ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਭੈਣ ਜੀ ਨੇ ਕਿਹਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਗੱਲ ਨੂੰ ਬਲਵੰਤ ਸਿੰਘ ਰਾਜੂਆੜੇ ਨੂੰ ਬਰੀ ਕਰਾਈਏ ਅਤੇ ਉਹ ਕੌਮ ਦਾ ਹੀਰਾ ਹੈ ਉਹ ਵਾਪਸ ਆਪਣੇ ਘਰ ਆਉਣਾ ਚਾਹੀਦਾ ਹੈ ਬਾਏ ਜਿੱਤ ਬਰੀ ਹੋਣਾ ਚਾਹੀਦਾ ਹੈ ਇੱਥੇ ਹੀ ਦਾਸ ਆਪਣਾ ਪ੍ਰੋਗਰਾਮ ਜੋ ਖਤਮ ਕਰਦੇ ਹਾਂ ਪ੍ਰੋਗਰਾਮ ਕਰਦੇ ਹਾਂ ਕਾਫੀ ਗਲਤੀਆਂ ਹੋ ਗਈਆਂ ਹੋਣਗੀਆਂ ਦਾਸ ਸੰਗਤ ਤੋਂ ਮਾਫ਼ੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ